ਚਰਨ ਵਿੱਚ ਲਾਓ, ਆਪ ਸਾਡੇ ਗੁਰੂ ਹੋ। ਗੁਰੂ ਜੀ ਨੇ ਚਰਨ ਪਾਉ ਦਿੱਤੀ, ਬੇਅੰਤ ਪ੍ਰੇਮੀ ਗੁਰੂ ਵਾਲੇ ਬਣੇ ਗੁਰੂ ਤੇਗ ਬਹਾਦਰ ਮਹਾਰਾਜ ਜੀ, ਸਿੱਖ ਸੰਗਤਾਂ ਬੇਅੰਤ। ਗੁਰੂ ਜੀ ਉੱਥੋਂ ਵੀ ਚੱਲੇ, ਬੜੇ ਸਤਿਕਾਰ ਸਾਹਿਬ ਅਯੁੱਧਿਆ ਵਾਸੀਆਂ ਨੇ ਸਤਿਗੁਰਾਂ ਨੂੰ ਵਿਦਿਆ ਕੀਤਾ। ਜਿੱਥੋਂ ਤੱਕ ਗੁਰੂ ਜੀ ਨਜ਼ਰ ਆਉਂਦੇ ਰਹੇ, ਹੱਥ ਜੋੜ ਕੇ ਸੰਗਤ ਖੜ੍ਹੀ ਰਹੀ, ਫਿਰ ਆਪਣੇ ਆਪਣੇ ਘਰਾਂ ਨੂੰ ਜਾਂਦੇ। ਗੁਰੂ ਜੀ ਅੱਗੇ ਗਏ, ਕੁਛ ਨਗਰਾਂ 'ਚੋਂ ਹੁੰਦੇ ਹੋਏ ਇੱਥੇ ਬਨਾਰਸ ਵਿੱਚ ਆ ਗਏ। ਬੜਾ ਪੁਰਾਣਾ ਸ਼ਹਿਰ ਹੈ, ਇੱਥੇ ਇੱਕ ਰਿਵਾਜ਼ ਵੀ ਸੀ ਪਿਛਲੇ ਯੁੱਗਾਂ ਦਾ, ਬਈ ਜਿਹੜਾ ਬਨਾਰਸ ਵਿੱਚ ਮਰੇ ਤਾਂ ਬਾਈ ਸਵਰਗ 'ਚ ਜਾਓ, ਸ਼ਿਵਜੀਆਂ ਨੇ ਦਿੱਤਾ ਉਹਨੇ। ਜ਼ਿਲ੍ਹਾ ਗੋਰਖਪੁਰ ਵਿੱਚ ਇੱਕ ਹੜੰਬਾ ਧਰਤੀ ਹੈ, ਵੀ ਜਿਹੜਾ ਇੱਥੇ ਮਰੇ ਉਹਦਾ ਬਣ ਕੇ ਕਿਤੇ ਨਰਕ 'ਚ ਜਾਓ। ਭਗਤ ਕਬੀਰ ਜੀ 2 ਸਾਲ ਹੜੰਬਾ ਧਰਤੀ ਵਿੱਚ ਰਹੇ, ਰਾਜੇ ਕਹਿਣ 'ਤੇ, ਰਾਜੇ ਦੇ ਕਹਿਣ 'ਤੇ ਲੈ ਗਏ ਸੀ। 12 ਸਾਲ ਮੀਂਹ ਨਹੀਂ ਸੀ ਪਿਆ, ਬਾਰਿਸ਼ ਨਹੀਂ ਸੀ ਪਈ। ਉਸ ਵੇਲੇ ਪੁੱਛਦੇ ਨੇ ਭਗਤ ਕਬੀਰ ਜੀ ਨੂੰ, ਮਹਾਰਾਜ 12 ਸਾਲ ਹੋਏ ਮੀਂਹ ਨਹੀਂ ਪਿਆ। ਕਹਿੰਦੇ ਤੁਹਾਨੂੰ ਪਤਾ ਹੀ ਹੈ ਫਿਰ ਕਿਉਂ ਨਹੀਂ ਪਿਆ। ਨਹੀਂ ਮਹਾਰਾਜ, ਸਾਨੂੰ ਨਹੀਂ ਪਤਾ। ਕਹਿੰਦੇ ਅੱਜ ਤੋਂ 12 ਸਾਲ ਪਹਿਲਾਂ ਇੱਕ ਕੋਈ ਚੋਲਾ ਪਾਇਆ ਹੋਇਆ ਸੀ ਲਾਲ ਜਿਹੇ ਰੰਗ ਦਾ, ਉਸ ਸੰਤ ਦੀ ਤੁਸੀਂ ਨਰਾਦਰੀ ਕੀਤੀ ਸੀ? ਕਹਿੰਦੇ ਹਾਂ ਮਹਾਰਾਜ। ਫਿਰ ਪਵਾ ਲਿਆ ਮੀਂਹ, ਕਰਨੀ ਹੈ ਨਰਾਦਰੀ ਹੈ ਮੀਂਹ ਮੰਗਣੀ? ਫਿਰ ਕਹਿਣ ਲੱਗੇ ਮਹਾਰਾਜ ਮਾਫ ਕਰੋ, ਐਸਾ ਨਹੀਂ, ਪ੍ਰਭੂ ਪਿਆਰਿਆਂ ਦਾ ਸਤਿਕਾਰ ਕਰੀਦਾ ਹੁੰਦਾ, ਐਸਾ ਨਹੀਂ ਕਰੀਦਾ। ਉਸ ਵੇਲੇ ਇੱਥੇ ਇੱਕ ਗੋਰਖ ਦਾ ਚੇਲਾ ਬੈਠਾ। ਕਬੀਰ ਜੀ ਕਹਿੰਦੇ ਕਿਉਂ ਬਾਈ ਜੋਗੀ ਰਾਜ, ਜਰਾ ਪਾਣੀ ਦੀ ਕਰੋ ਬਖਸ਼ਿਸ਼, ਹੁਣੇ ਹੀ ਲਓ, ਗਿੱਜਾ ਹੋਇਆ ਜੀ ਇੱਧਰ ਉਹਦਾ। ਉਹਨੇ ਤਰਸੂਲ ਮਾਰਿਆ, ਧਰਤੀ 'ਚੋਂ ਪਾਣੀ ਨਿਕਲ ਆਇਆ, ਇੱਕ ਪੈਰ ਪਾਣੀ ਚੱਲਿਆ, ਪਾਣੀ ਬੰਦ। ਕਹਿੰਦੇ ਅਜੇ ਤਾਂ ਸੰਤ ਵੀ ਨਹੀਂ ਸਾਰੇ ਨਹਾਤੇ, ਸੰਤ ਮੰਡਲੀ ਸ਼ਹਿਰ ਪਿਆ, ਕਿੱਡਾ ਵੱਡਾ ਰਾਜ ਭਾਗ ਹੈ ਬਿਜਲੀ ਖਾਨ ਇਹ ਰਾਜੇ ਦਾ, ਇੰਨੀ ਕੁ ਨਾ ਕੀ ਬਣੂ, ਹੋਰ ਕਿਰਪਾ ਕਰੋ। ਕਹਿੰਦੇ ਮੇਰੀ ਸਾਰੀ ਸ਼ਕਤੀ ਖਤਮ ਹੋ ਗਈ, ਇੱਥੇ ਅਜੇ ਬਣੀ ਨਹੀਂ ਕੁਛ ਨਹੀਂ। ਧੰਨ ਗੁਰੂ ਨਾਨਕ ਸਾਹਿਬ, ਜਿੱਥੇ ਜਿੱਥੇ ਜਾਓ। ਮਹਾਰਾਜ ਨੇ ਚਰ ਲਾਇਆ, ਸੋਮੇ ਹੀ ਪ੍ਰਗਟ ਕਰ ਦਿੱਤੇ, ਕਿੰਨੇ ਕੁ ਦੱਸੇ ਜਾਣ, ਉਹ ਪੰਜ ਚੱਲ ਹੀ ਰਿਹਾ, ਚੱਲ ਹੀ ਰਿਹਾ। ਹੁਕਮ ਕਰ ਦਿੱਤਾ ਗੁਰੂ ਨਾਨਕ ਜੀ ਨੇ, ਚੱਲ ਨਿਰਾ ਨਹੀਂ, ਭੋਪਾਲ ਵੀ, ਮਹਾਰਾਸ਼ਟਰ, ਪਾਕਿਸਤਾਨ ਵਿੱਚ, ਬਿਹਾਰ ਵਿੱਚ, ਕਿੱਥੇ ਕਿੱਥੇ ਦੱਸੇ ਜਾਣ, ਜਲ ਨਿਕਲ ਰਿਹਾ। ਥਾਵਾਂ ਥਾਵਾਂ 'ਤੇ ਗੁਰੂ ਜੀ ਨੇ ਕੱਢਿਆ, ਇਹਦੇ ਵਿਚਾਰੇ ਦੀ ਸਾਰੀ ਗਈ। ਭਗਤ ਜੀ ਹੁਣ ਕਹਿਣ ਲੱਗੇ ਤੁਸੀਂ ਕੱਢੋ ਜੀ ਚੱਲ। ਕਹਿੰਦੇ ਅਸੀਂ ਤੇਰੇ ਵਾਂਗੂ ਤਾਂ ਸੂਲ ਮਾਰਨੇ ਨਹੀਂ ਜਾਣਦੇ। ਸੰਤ ਮੰਡਲੀ ਨੂੰ ਕਹਿਣ ਲੱਗੇ ਕਿਉਂ ਸ਼ਬਦ ਪੜੋ ਭਾਈ, ਅੰਤ ਨਹੀਂ ਪਾਇਆ, ਵੇਦ ਪੜ੍ਹੇ ਪੜ ਵਰਮੇ ਜਨਮ ਗਵਾਇਆ, ਹਰ ਕਾ ਵਿਲੋਭ ਨਾ ਮਿਲੋ ਮੇਰੇ ਭਾਈ, ਸਹਿਜ ਬਿਲੋ ਜਿਤ ਤੱਤ ਨਾ ਜਾਏ, ਹਰ ਕਾ ਵਿਲੋਭ ਨਾ ਮਨ ਕਾ ਵਿਚਾਰ, ਗੁਰਪ੍ਰਸਾਦ ਪਵੇ ਅੰਮ੍ਰਿਤ ਧਾਰਾ, ਕਹਿ ਕਬੀਰ ਨਦਰ ਕਰੇ ਜੇ ਮੀਰਾਂ, ਗੁਰਪ੍ਰਸਾਦ ਲੱਗ ਉਤਰੇ ਤੀਰਾਂ। ਇਹ ਸ਼ਬਦ ਪੜ੍ਹਿਆ, ਕੀਰਤਨ ਹੁੰਦਾ ਰਿਹਾ, ਚਾੜੋ ਕਾਲੀਆਂ ਘਟਾਂ ਪਈਆਂ, ਪਾਉਣੀ ਪਾਉਣੀ ਇੰਨੀ ਬਰਸਾਤ ਪਈ, ਉੱਧਰ ਕੀਰਤਨ ਹੋ ਰਿਹਾ, ਨਦੀਆਂ ਭਰ ਗਈਆਂ, ਹੜ੍ਹ ਆ ਗਿਆ, ਕਈ ਥਾਂ ਕਹਿੰਦੇ ਐਲਾ ਆ ਗਿਆ, ਕਈਆਂ ਹੋਰ ਭਾਸ਼ਾ, ਪਾਣੀ ਪਾਣੀ ਫਿਰਦਾ। ਉਸ ਵੇਲੇ ਭਗਤ ਕਬੀਰ ਜੀ ਨੂੰ ਹੁਣ ਕੌਣ ਬੇਨਤੀ ਕਰੇ? ਰਾਜੇ ਨੇ ਆ ਕੇ ਹੱਥ ਜੋੜ ਕੇ ਅਰਜ਼ ਕੀਤੀ, ਭਗਤ ਜੀ ਮਹਾਰਾਜ ਸ਼ਹਿਰ ਨੂੰ ਖਤਰਾ ਹੋ ਗਿਆ ਪਾਣੀ ਦਾ। ਕਹਿੰਦੇ ਅੱਛਾ, ਫਿਰ ਕੀਰਤਨ ਬੰਦ ਕਰ ਦੇਣੀ, ਕੋਈ ਨਹੀਂ ਬਾਰਿਸ਼ ਬੰਦ ਹੋ ਜਾਏਗੀ। ਫਿਰ ਬੇਨਤੀ ਕੀਤੀ, ਮਹਾਰਾਜ ਕਿਰਪਾ ਕਰੇ। ਕਹਿੰਦੇ ਕੋਈ ਨਹੀਂ, ਹੌੜ ਨਹੀਂ ਲੱਗਦੀ, ਅੱਜ ਤੱਕ ਤਾਂ ਨਹੀਂ ਜੇ ਲੱਗੀ।
500 ਸਾਲ ਹੋ ਗਿਆ। ਸੋ ਇੱਥੇ ਹੀ ਜਦੋਂ ਅਲੋਪ ਹੋਣਾ ਸੀ ਸਰੀਰ, ਹੁਕਮ ਆ ਗਿਆ, ਕਹਿਣ ਲੱਗੇ ਮਹਾਰਾਜ ਇੱਥੇ ਵਿਆਸ ਜੀ ਨੇ ਬਣਾਇਆ ਹੜੰਬਾ ਧਰਤੀ ਤੀਰਥ। ਗਣੇਸ਼ ਵਾਰ ਵਾਰ ਪੁੱਛਦਾ ਜੀ ਮਰ ਕੇ ਕਿੱਥੇ ਜਾਊਗਾ, ਗਧਾ ਬਣ ਕੇ ਨਰਕ 'ਚ, ਫਿਰ ਮੈਨੂੰ ਬਣਾਓ ਗਧਾ, ਕਰੋ ਉਹਨਾਂ ਦਾ ਬਚਨ ਪੂਰਾ, ਸੁੱਟੋ ਨਰਕ 'ਚ। ਮਹਾਰਾਜ ਕਹਿੰਦੇ ਨਹੀਂ, ਇਸ ਤਰ੍ਹਾਂ ਨਹੀਂ ਹੋ ਸਕਦਾ, ਗੁਰ ਕਾ ਸੇਵਕ ਨਰਕ ਨਾ ਜਾਏ, ਕਦੇ ਵੀ ਨਹੀਂ ਹੋ ਸਕਦਾ। ਮਹਾਰਾਜ ਮੈਂ ਬੇਨਤੀ ਕਰਦਾ, ਬਚਨ ਤਾਂ ਤੁਸੀਂ ਹੀ ਦਿੱਤੇ ਨੇ ਕਿਸੇ ਨਾ ਕਿਸੇ ਰੂਪ ਵਿੱਚ, ਉੱਥੇ ਦੇ ਦਿੱਤਾ ਬਨਾਰਸ ਵਿੱਚ, ਉੱਥੇ ਲੋਕ ਰੱਬ ਦਾ ਨਾਂ ਹੀ ਨਹੀਂ ਲੈਂਦੇ। ਕਹਿੰਦੇ ਕੁਛ ਕਰੀ ਜਾਓ, ਮਰ ਕੇ ਜਾਣਾ ਤਾਂ ਸਵਰਗ 'ਚ ਹੀ ਹੈ, ਇੱਥੇ ਵੀ ਨਹੀਂ ਜੇ ਨਾਂ ਲੈਂਦੇ। ਕਹਿੰਦੇ ਕੁਛ ਕਰੀ ਜਾਓ, ਜਾਣਾ ਤਾਂ ਗਧਾ ਬਣ ਕੇ ਨਰਕ 'ਚ, ਕੀ ਲੋੜ ਹੈ ਨਹਾਉਣ ਦੀ, ਰੱਬ ਦਾ ਨਾਂ ਲੈਣ ਦੀ, ਪੁੰਨ ਦਾਨ ਕਰਨ ਦੀ। ਸੋ ਮੈਂ ਬੇਨਤੀ ਕਰਾਂ ਅੰਤਰ ਜਾਮੀ, ਆਹ ਦੋਵੇਂ ਬਚਨ ਕੈਂਸਲ ਕਰੋ, ਉੱਥੇ ਵੀ ਲੋਕ ਨਾਮ ਜਪਣ, ਇੱਥੇ ਵੀ ਜਪਣ। ਮਹਾਰਾਜ ਕਹਿਣ ਲੱਗੇ ਰੱਬ ਜੀ ਭਗਤ ਕਬੀਰ ਜੀ ਨੂੰ, ਮਹਾਰਾਜ ਕਹਿੰਦੇ ਬਹੁਤ ਅੱਛਾ ਬੇਟਾ, ਦੋਵੇਂ ਬਚਨ ਕੈਂਸਲ। ਉਸ ਵੇਲੇ ਆਪ ਜੀ ਕਹਿਣ ਲੱਗੇ ਮਨੋ ਕਠੋਰ ਮਰੇ ਬਨਾਰਸ, ਨਰਕ ਨਾ ਬੰਸਿਆ ਜਾਈ, ਹਰ ਕਾ ਸੰਤ ਮਰੇ ਹੜੰਬੈ, ਸਗਲੀ ਸਹਿਣ ਤਰਾਏ। ਪਿਛਲੇ ਬਚਨ ਕੈਂਸਲ ਹੋ ਗਏ। ਸੋ ਗੁਰੂ ਨਾਨਕ ਜੋਤ ਗੁਰੂ ਤੇਗ ਬਹਾਦਰ ਜੀ ਬਨਾਰਸ ਵਿੱਚ ਆਏ। ਬਨਾਰਸ ਵਿੱਚ ਕੁਛ ਲੋਕ ਚੰਗੇ ਵੀ ਸਨ, ਸਾਰੇ ਤਾਂ ਇੱਕੋ ਜਿਹੇ ਨਹੀਂ ਹੁੰਦੇ। ਬਨਾਰਸ ਵਿੱਚ ਕਬੀਰ ਜੀ, ਰਾਮਾਨੰਦ ਜੀ, ਬਨਾਰਸ ਜੀ ਵਿੱਚ ਵਿੱਚ ਠੱਗ ਵੀ ਸਨ। ਗੱਜ 3.5 ਧੋਤੀਆਂ, ਉਹਨਾਂ ਦੇ ਲੱਛਣ, ਉਹਨਾਂ ਦੇ ਕੱਪੜੇ ਕਹਿੰਦੇ ਉਹ ਵੀ ਦੱਸੇ। ਤੇਰੇ ਪਾਇਨ ਤੱਕ ਗਲੀ ਜਿਨ੍ਹਾਂ ਜਪ ਮਾਲੀ, ਗਲ 'ਚ ਰੋਟੀ ਪਾਏ ਭੁੱਖ ਦੂਰ ਹੁੰਦੀ। ਰੱਬ ਦਾ ਨਾਂ ਲੈਣਾ ਮਾਲਾ ਮਾੜੀ ਨਹੀਂ ਹੈ, ਬਹੁਤ ਚੰਗੀ ਗੁਰੂ ਨਾਨਕ ਜੀ ਰੱਖਦੇ, ਸਾਡੇ ਗੁਰੂ ਸਾਹਿਬ ਰੱਖਦੇ ਹੁੰਦੇ ਸੱਚੇ ਪਾਤਸ਼ਾਹ, ਮਾਲਾ ਵਾਲੇ ਪੂਜਨ ਯੋਗ ਨੇ। ਪਰ ਮਾਲਾ ਲੈ ਕੇ ਵਾਹਿਗੁਰੂ ਦਾ, ਰੱਬ ਦਾ, ਰਾਮ ਦਾ ਸਿਮਰਨ ਤਾਂ ਕਰੇ। ਇਹ ਸੱਤ ਨਹੀਂ ਵੀ ਮਾਲਾ ਰੱਖਣੀ ਅਤੇ ਭਜਨ ਕਰਨਾ ਹੀ ਨਾ, ਇਹ ਕਿੱਧਰ ਦੀ ਗੱਲ ਹੈ। ਉਹਨਾਂ ਲੋਕਾਂ ਨੂੰ ਕਿਹਾ ਮਾਲਾ ਰੱਖਦੇ ਸਨ ਪਰ ਸਿਮਰਨ ਬਿਲਕੁਲ ਨਹੀਂ ਸਨ ਕਰਦੇ, ਰੱਬ ਦਾ ਨਾਂ ਲੈਂਦੇ ਹੀ ਨਹੀਂ ਸਨ। ਲੋਕਾਂ ਨੂੰ ਆਉਣਾ, ਠੱਗੀਆਂ ਮਾਰੀਆਂ, ਬੁਰੇ ਕੰਮ, ਉਹਨਾਂ ਨੂੰ ਭਗਤ ਜੀ ਨੇ ਕਿਹਾ ਗੱਜ 3.5 ਧੋਤੀਆਂ, ਤੇਰੇ ਪਾਇਨ ਤੱਕ ਗਲੀ ਜਿਨ੍ਹਾਂ ਜਪ ਮਾਲੀਆਂ ਪਾਈਆਂ, ਅਤੇ ਜਪਦੇ ਨੇ ਲੋਟੇ ਹੱਥ ਨਾ ਪੱਗ, ਭਾਵੇਂ ਹਰ ਕੇ ਸੰਤ ਨਾ ਆਖੀਏ, ਬਨਾਰਸ ਕੇ ਠੱਗ ਰਹਿੰਦੇ ਬਨਾਰਸ ਵਿੱਚ ਨੇ, ਇਤਨੀ ਪਵਿੱਤਰ ਨਗਰੀ, ਮਾਰਦੇ ਨੇ ਠੱਗੀਆਂ, ਅਤੇ ਭਗਤ ਜੀ ਵੀ ਤਾਂ ਉੱਥੇ ਹੀ ਨੇ। ਪਰ ਉਹਨਾਂ ਨੂੰ ਕਿਹਾ ਜਿਹੜੇ ਨਾਮ ਸਾਧ ਸਿੰਘ ਜੀ ਨਹੀਂ ਜਪਦੇ, ਜਿਵੇਂ ਗੁਰੂ ਤੇਗ ਬਹਾਦਰ ਜੀ ਨੇ ਕਿਹਾ ਸੀ, ਕੱਲ੍ਹ ਵਿਚਾਰ ਹੋਈ, ਨਹਿਮ ਸੰਤ ਤੁਮ ਅੰਮ੍ਰਿਤ ਸਰੀਏ, ਤ੍ਰਿਸ਼ਨਾ ਜਲ ਤੇ ਅੰਤਰ ਸੜੀਏ। ਗੁਰੂ ਜੀ ਨੇ ਕਿਸੇ ਅੰਮ੍ਰਿਤਸਰੀਏ ਨੂੰ ਸਲਾਬ ਨਹੀਂ ਦਿੱਤਾ ਉਹਨਾਂ ਮਸੰਦਾਂ ਨੂੰ ਜਿਹੜੇ ਲੋਭੀ ਸਨ। ਬਾਕੀ ਤਾਂ ਗੁਰੂ ਮਹਾਰਾਜ ਦੀ ਕਿਰਪਾ ਹੀ ਕਿਰਪਾ, ਹੋਈ ਇਹੋ ਜਿਹੀ ਗੱਲ ਵੀ। ਜਦੋਂ ਸਾਹਿਬ ਇੱਥੇ ਆਏ, ਇੱਥੇ ਬੜੇ ਬੜੇ ਵਿਦਵਾਨ ਰਹਿੰਦੇ ਸਨ, ਪਰ ਗੁਰੂ ਪਿਆਰੇ ਵੀ ਬੜੇ ਸਨ। ਗੁਰੂ ਨਾਨਕ ਦੀ ਸੰਗਤ ਬਹੁਤ ਸੀ, ਚਰਨ ਪਾਉਣ ਲੈ ਚੁੱਕੇ ਸਨ ਬਹੁਤ ਸਾਰੇ ਇੱਥੋਂ ਦੀਆਂ ਸੰਗਤਾਂ, ਗੁਰੂ ਜੀ ਦੇ ਦਰਸ਼ਨ ਕਰਨ ਅੰਮ੍ਰਿਤਸਰ ਗੁਰੂ ਅਰਜਨ ਦੇਵ ਮਹਾਰਾਜ ਜੀ ਕੋਲ ਵੀ ਜਾਂਦੇ ਰਹੇ। ਬੜੇ ਗੁਰੂ ਵਾਲੇ, ਬੜੀ ਸੰਗਤ ਸੀ, ਬੜੇ ਨਾਮ ਜਪੜ, ਜਿਹੜੇ ਕੋਈ ਰਹਿ ਗਏ ਉਹਨਾਂ ਨੇ ਅਰਜ ਕੀਤੀ ਮਹਾਰਾਜ ਧੰਨ ਭਾਗ ਸਾਡੇ ਆਪ ਆਏ ਹੋ, ਚਰਨ ਪਾਲ ਬਖਸ਼ੋ, ਅਸੀਂ ਵੀ ਗੁਰੂ ਵਾਲੇ ਬਣ ਜਾਈਏ। ਸਤਿਗੁਰ ਬਾਜੋ ਗੁਰ ਨਹੀਂ ਕੋਈ, ਨਗੁਰੇ ਕਾ ਹੈ ਨਾਮ ਬੁਰਾ, ਨਗੁਰੇ ਦਾ ਤਾਂ ਕਹਿੰਦੇ ਨਾਂ ਲੈਣਾ ਮਾੜਾ। ਉੱਥੇ ਬੇਅੰਤ ਸੰਗਤਾਂ ਗੁਰੂ ਵਾਲੀਆਂ ਬਣੀਆਂ। ਗੁਰੂ ਜੀ ਕਈ ਨਗਰਾਂ 'ਚ ਹੁੰਦੇ ਹੋਏ, ਚਰਨ ਪਾਉਣ ਦਿੰਦੇ ਹੋਏ, ਸਿੱਖ ਸੰਗਤਾਂ ਦੇ ਬਖਸ਼ਿਸ਼ਾਂ ਕਰਦੇ ਹੋਏ ਅੱਗੇ ਅੱਗੇ ਜਾ ਰਹੇ ਨੇ। ਜਾ ਕਿੱਧਰ ਰਹੇ ਨੇ? ਪਟਨੇ ਸ਼ਹਿਰ ਵੱਲ। ਇੱਥੇ ਪਹਿਲਾਂ ਗੁਰੂ ਨਾਨਕ ਜੀ ਆਏ ਸੀ। ਮਰਦਾਨਾ ਕਹਿਣ ਲੱਗਾ ਮਹਾਰਾਜ ਤੁਸੀਂ ਆਪ ਜੀ ਕਈ ਥਾਵਾਂ 'ਤੇ ਕਿੰਨਾ ਕਿੰਨਾ ਸਮਝਾਉਂਦੇ, ਇਹਨਾਂ ਨੂੰ ਅਸਰ ਨਹੀਂ ਹੁੰਦਾ? ਉਹ ਜਿਵੇਂ ਮੂਰਤੀਆਂ ਵਾਲੀ ਗੱਲ, ਹੋਰ ਜ਼ਿਆਦਾ ਸਮਝਾ ਦਿਆ ਕਰੋ। ਨਾਲੇ ਮਹਾਰਾਜ ਮੇਰੀ ਬੇਨਤੀ ਹੈ ਲੰਗਰ ਛੱਡਣਾ। ਗੁਰੂ ਜੀ ਕਹਿੰਦੇ ਕੋਈ ਨਾ, ਚਰਨ ਛੁਆਇਆ ਕਹਿੰਦੇ ਹੀਰਾ ਲੈ ਲੈ, ਕਦਰਦਾਨ ਨੂੰ ਵੇਚੀ ਨਾਲੇ ਲੰਗਰ ਛਕਿਆ। ਧੰਨ ਸੀ ਮਰਦਾਨਾ, ਕਦੀ ਤੀਜੇ ਦਿਨ, ਕਦੀ ਸੱਤਵੇਂ ਦਿਨ, ਕਦੀ ਚੌਥੇ ਦਿਨ। ਸਾਨੂੰ ਕੋਈ ਇਹ ਕਹੇ ਵੀ 3 ਕੁ ਘੰਟੇ ਰੁਕ ਜਾਓ,
ਬੜੀ ਮਾੜੀ ਗੱਲ ਹੈ ਜੀ, ਕਿਵੇਂ ਰੁਕਾਂਗੇ, ਭੁੱਖ ਤਾਂ ਲੰਘਦੀ ਜਾਂਦੀ ਸਿਰ ਤੋਂ, ਐਸਾ ਨਹੀਂ, ਥੋੜ੍ਹਾ ਜਿਹਾ ਸਿਦਕੇ ਵੀ ਹੋਣਾ ਚਾਹੀਦਾ। ਉਸ ਵੇਲੇ ਗੁਰੂ ਜੀ ਨੇ ਜੋ ਹੀਰਾ ਦਿੱਤਾ, ਮਰਦਾਨਾ ਗਿਆ ਮੋਲੀਆਂ ਵਾਲੇ, ਲੈ ਭਰਾਵਾ ਲੈ ਲੈ ਦੋ ਮੋਲੀਆਂ ਵੱਟੇ ਦਾ, ਮੈਂ ਕੀ ਕਰਨਾ, ਕਹਿੰਦਾ ਮੈਂ ਤਾਂ ਨਹੀਂ ਵੇਚਣਾ, ਕੱਪੜੇ ਵਾਲਾ ਸਵਾ ਗਜ ਕੱਪੜਾ ਦੇਵੇ, ਇੱਕ ਕੋਈ ਕਹਿਣ ਲੱਗ ਲੈ ਲਓ 10 ਰੁਪਈਏ ਰੱਖ ਦਾਂਗੇ ਇੱਥੇ ਮੇਜ਼ 'ਤੇ, ਬਹੁਤ ਸੋਹਣਾ। ਪੁੱਛਦਾ ਹੈ ਕੋਈ ਹੋਰ, ਕਹਿੰਦਾ ਚੜ੍ਹਦੇ ਵੱਲ ਹੈ ਕੋਈ ਜੋਹਰੀ ਹੈ, ਹਾਂ ਹਾਂ ਹੈ ਸਾਲ ਸਰਾਏ, ਉੱਥੇ ਚਲਾ ਗਿਆ, ਅਦਰਕਾ ਮਿਲਿਆ, ਸਾਰੀ ਗੱਲਬਾਤ ਹੋਈ। ਕਹਿਣ ਲੱਗੇ ਮਰਦਾਨਾ ਜੀ, ਸਾਡੇ ਜਿਹੜੇ ਇੱਥੋਂ ਦੇ ਜੋਹਰੀ ਹਨ, ਹੀਰਿਆਂ ਦਾ ਵਪਾਰ ਕਰਨ ਵਾਲੇ ਸਾਲ ਸਰਾਏ, ਚੁਬਾਰੇ ਵਿੱਚ ਆਰਾਮ ਕਰਦੇ ਨੇ, ਅੱਛਾ ਮੈਂ ਜਾ ਸਕਦਾ? ਕਹਿੰਦੇ ਆਹੋ ਹੁਣੇ ਚਲੋ। ਉੱਥੇ ਮਿਲੇ ਮਰਦਾਨੇ ਨੇ ਕਿਹਾ ਵੀ ਆ ਵੇਚਣਾ, ਦੇਖੋ ਬਾਬਾ ਸ਼ਾਹ ਜੀ, ਸਾਂਸਰਾ ਨੇ ਦੇਖਿਆ ਉਸ ਹੀਰੇ ਵਿੱਚ ਲਿਖਿਆ ਹੋਇਆ, ਹੀਰਾ ਦੇਖਣ ਵਾਲਿਆ ਬਿਨਾਂ ਮਾਲਕ ਨੂੰ ਪੁੱਛੇ ਇਹਦਾ ਮੁੱਲ ਨਾ ਪਾਇਆ, ਵਿੱਚੋਂ ਅੱਖਰ ਪੜ੍ਹ ਕੇ ਹੈਰਾਨ ਹੋ ਗਿਆ। ਨਹੀਂ ਇਹ ਤਾਂ ਉਹ ਹੀਰਾ ਜਿਹੜਾ ਬੁੜੇ ਬੁੜੇ ਉਸਤਾਦ ਦੱਸਦੇ ਸੀ, ਦਰਸ਼ਨੀ ਭੇਟ ਹੈ 100 ਰੁਪਈਏ, ਮਤਲਬ ਕਿਹਨੂੰ ਕਹਿੰਦੇ ਲਿਆ 100 ਰੁਪਈਏ, ਉਹ 1 ਰੁਪਈਆ ਬੜੀ ਤਾਕਤ ਰੱਖਦਾ ਸੀ, 100 ਰੁਪਈਆ ਮੱਥਾ ਟੇਕ ਕੇ ਲਓ ਜੀ। ਮਰਦਾਨਾ ਦੇਖਦਾ ਸ਼ਾਇਦ ਮੁੱਲ ਪੈ ਗਿਆ ਹੁਣ, ਕਹਿੰਦੇ ਨਹੀਂ ਭਾਈ ਮੁੱਲ ਨਹੀਂ, ਤਾਂ ਦਰਸ਼ਨੀ ਭੇਟ ਹੈ, ਇਹਦਾ ਮਾਲਕ ਕੌਣ ਹੈ? ਗੁਰੂ ਨਾਨਕ ਜੀ ਹਨ। ਕਿੱਥੇ ਹਨ ਅੱਜ ਕੱਲ੍ਹ? ਤੁਹਾਡੇ ਹੀ ਸ਼ਹਿਰ 'ਚ ਲਹਿੰਦੇ ਵੱਲ। ਕਿੰਨੇ ਕੁ ਜਾਣੇ ਹਨ? ਕਹਿੰਦੇ ਇੱਕ ਬਾਲਾ ਜੀ ਮਹਾਰਾਜ, ਔਰ ਇੱਕ ਹੋਰ ਜੈਤਾ ਸੰਤ ਜੀ, ਉਹ ਕਈ ਬੜੇ ਹੋ ਜਾਂਦੇ ਨੇ, ਕਈ ਵਾਰੀ ਥੋੜ੍ਹੇ ਹੀ ਹੁੰਦੇ। ਅੱਛਾ ਮੈਂ ਆਉਣਾ ਭੋਜਨ ਛਕਾਉਣਾ, ਭੋਜਨ ਬਾਰੇ ਮਹਾਰਾਜ ਦੱਸਦੇ ਨੇ ਜਿਹੜੇ ਨਾਮ ਜਪਦੇ ਨੇ, ਸ਼ਾਦਨ ਭੋਜਨ ਕੀ ਆਸ ਨਾ ਕਰੇ, ਅਚਿੰਤ ਮਿਲੇ ਸੌਖਾ ਹੈ। ਗੁਰੂਆਂ ਨੇ ਕੋਈ ਕਸਰ ਨਹੀਂ ਛੱਡੀ ਸਾਨੂੰ ਸਮਝਾਉਣ ਵਾਸਤੇ। ਸੋ ਗੁਰੂ ਨਾਨਕ ਜੀ ਵਾਸਤੇ ਲੰਗਰ ਲੈ ਕੇ ਜਾ ਰਹੇ ਨੇ, ਜਦੋਂ ਆ ਮਰਦਾਨੇ ਨੇ ਮੱਥਾ ਟੇਕਿਆ ਵੀ ਮਹਾਰਾਜ ਸਾਲਸ ਵੀ ਰਾਏ ਵੀ ਆ ਰਿਹਾ, ਗੁਰੂ ਜੀ ਕਹਿੰਦੇ ਨਾਲੇ ਆਹ ਲੈ ਨਾਲੇ ਆਹ ਨਾਲੇ ਪੈਸੇ ਨਾਲੇ ਹੀਰਾ, ਮਹਾਰਾਜ 100 ਰੁਪਈਆ ਸੱਚੇ ਪਾਤਸ਼ਾਹ ਦਰਸ਼ਨੀ ਭੇਟਾ। ਮੈਂ ਤਾਂ ਦੇਖ ਹੈਰਾਨ ਹੋ ਗਿਆ ਵੀ ਹੈ, ਇਸੇ ਸ਼ਹਿਰ ਵਿੱਚ 2-2 ਮੋਲੀਆਂ, 10 ਰੁਪਈਏ, 2 ਗਜ਼ ਕੱਪੜਾ, ਇਹੋ ਜਿਹੇ ਬੰਦੇ ਵੀ ਇੱਥੇ ਪਏ ਨੇ, 100 ਰੁਪਈਏ ਦਰਸ਼ਨੀ ਭੇਟਾ, ਅੱਜ ਦੇ ਲੱਖਾਂ ਵਰਗੇ। ਗੁਰੂ ਜੀ ਕਹਿਣ ਲੱਗੇ ਇੱਕ ਤਾਂ ਤੇਰੇ ਸਵਾਲ ਦਾ ਜਵਾਬ ਹੀ ਪੁੱਛਦਾ ਸਨ, ਉਹ ਜਿੰਨਾ ਹੈ ਟੋਡੀਆਂ ਖਰੀਦਣੀਆਂ ਉਹਨਾਂ ਨੂੰ ਹੀਰਿਆਂ ਦਾ ਕੀ ਪਤਾ, ਹੀਰਿਆਂ ਦਾ ਪਤਾ ਤਾਂ ਹੀਰੇ ਵਾਲਿਆਂ ਨੂੰ ਹੀ ਹੁੰਦਾ ਹੈ। ਸਾਲਸਰਾਏ ਜੀ ਆ ਮੱਥਾ ਟੇਕਿਆ,
ਭੋਜਨ ਰੱਖਿਆ ਜਾਂ ਆਪਾਂ ਹੁਣ ਗੁਰੂ ਕਾ ਲੰਗਰ ਬੇਨਤੀ ਕਰਦੇ ਹਾਂ, ਹੱਥ ਜੋੜ ਕੇ ਕਿਹਾ ਗਰੀਬ ਨਵਾਜ ਇਹ ਭੋਜਨ ਹੈ ਜੀ, ਆਖ ਛਕੋ ਸੇਵਾ ਪ੍ਰਵਾਨ ਕਰੋ। ਉਸ ਵੇਲੇ ਅਰਜ ਕਰਦਾ ਹੈ ਮਹਾਰਾਜ, ਹੀਰਾ ਮੈਂ ਤਾਂ ਜੋ ਜੰਮਿਆ ਨਾ ਇਹ ਜੇ ਦੇਖਿਆ ਜੀ, ਇਹ ਵਿੱਚ ਇਹਨਾਂ ਨੇ ਲਿਖਿਆ ਦਸ਼ਮੀ ਪੇਟਾ 100 ਰੁਪਈਆ ਸੁਣਿਆ ਸੀ। ਕਈ ਗੱਲਾਂ ਕੰਨਾਂ ਨੂੰ ਸੁਣੀਆਂ ਹੁੰਦੀਆਂ, ਦੇਖੀਆਂ ਨਹੀਂ ਹੁੰਦੀਆਂ। ਗੁਰੂ ਜੀ ਕਹਿਣ ਲੱਗੇ ਤੇਰੇ ਕੋਲ ਬੜੇ ਬੜੇ ਕੀਮਤੀ ਨੇ। ਮਹਾਰਾਜ ਮੇਰੇ ਕੋਲ ਤਾਂ ਇੱਕ ਵਾਰੀ, ਮੈਂ ਤਾਂ ਪਹਿਲੀ ਵਾਰੀ ਦਰਸ਼ਨ, ਆਸਵਾਸ ਕਿੰਨੇ ਕੀਮਤੀ ਨੇ, ਹੈ ਕੋਈ ਇਹਨਾਂ ਦਾ ਮੁੱਲ? ਕਿਵੇਂ ਗਵਾਈ ਜਾਂਦਾ ਬੰਦਾ ਕਦੇ ਸੋਚੇ? 100 ਸਾਲ ਦੀ ਉਮਰ ਹੋਵੇ, 87,57,00,000 ਸਾਲ, ਰੋਜ਼ ਦਾ 24,000 ਜਾਵੇ, ਬੈਠਤ 12, ਬੈਠ ਜਾਵੇ ਇੱਕ ਮਿੰਟ ਵਿੱਚ 12 ਸਾਹ ਆਉਂਦੇ ਨੇ, ਪਰ ਨਾਮ ਜਪਣ ਵਾਲੇ ਨੂੰ 7, 8, 12 ਨਹੀਂ ਆਉਂਦੇ। ਚੱਲ 18, ਆਮ ਬੰਦੇ ਨੂੰ 18, ਨਾਮ ਜਪਣ ਵਾਲੇ ਨੂੰ ਘੱਟ, ਸੋਭਤ ਚੱਲੇ 25, ਆਮ ਬੰਦਾ ਸਾਂਝੇ 1 ਮਿੰਟ ਵਿੱਚ 25 ਸਾਹ, ਪਰ ਨਾਮ ਜਪਣ ਵਾਲੇ 15, 16, 15, 16। ਕਿੰਨੇ ਕੀਮਤੀ ਨੇ, ਐਵੇਂ ਗਵਾਏ ਜਾਣੇ। ਗੁਰੂ ਜੀ ਨੇ ਬਖਸ਼ਿਸ਼ ਕੀਤੀ, ਕਹਿੰਦੇ ਦੇਖ ਅਦਰਕਾ ਇਹਦੀ ਕਈ ਜਨਮ ਦੀ ਕਮਾਈ ਹੈ, ਪਰ ਤੂੰ ਪਹਿਲਾਂ ਆਏ, ਹੁਣ ਤੈਨੂੰ ਮੰਦੀ ਬਖਸ਼ੀ, ਸਿੱਖੀ ਪ੍ਰਚਾਰ ਕਰ, ਤੇਰੇ ਤੋਂ ਬਾਅਦ ਅਦਰਕ। ਜਿਵੇਂ ਗੁਰੂ ਨਾਨਕ ਜੀ ਲੰਕਾ ਵਿੱਚ ਗਏ, ਰਾਜੇ ਸ਼ਿਵਨਾਭ 'ਤੇ ਬਖਸ਼ਿਸ਼ ਕੀਤੀ, 3 ਪੀੜ੍ਹੀਆਂ ਤੱਕ ਸਿੱਖੀ ਪ੍ਰਚਾਰ ਕਰਦੇ ਰਹੇ। ਰਾਜੇ ਸ਼ਿਵਨਾਭ ਦਾ ਪੁੱਤਰ ਰਾਜ ਸਿੰਘ ਉਸਦਾ ਨਾਮ ਸੀ, ਉਹਦੇ 'ਤੇ ਬਖਸ਼ਿਸ਼ ਹੋਈ। ਕਹਿਣ ਲੱਗੇ ਇਉਂ ਕਰਿਆ ਕਰ। ਹੀਰਾ ਗੁਰੂ ਜੀ ਕਹਿਣ ਲੱਗੇ ਲੈ ਲੈ ਮਹਾਰਾਜ, ਮੈਂ ਇਹਦੀ ਕੀਮਤ ਨਹੀਂ ਦੇ ਸਕਦਾ। ਕਹਿੰਦੇ ਸੀ ਕਿਹਾ ਕੀਮਤ ਸੰਭਾਲ ਕੇ ਰੱਖੀ, ਸੰਭਾਲ ਕੇ 10ਵੇਂ ਜਾਮੇ ਵਿੱਚ ਜਿੱਥੇ ਤੇਰਾ ਘਰ ਹੈ ਇੱਥੇ ਹੀ ਪ੍ਰਗਟ ਹੋਵਾਂਗੇ, ਅਤੇ ਨਿੱਕੇ ਹੁੰਦੇ ਇਹਦੇ ਨਾਲ ਖੇਡਿਆ ਕਰਾਂਗੇ। ਜਦੋਂ ਸਮਾਂ ਆਇਆ 1723 ਦਾ, ਗੁਰੂ ਮਹਾਰਾਜ ਨੇ ਮਾਨਸ ਅਵਤਾਰ ਦਾ ਦਰਸ ਦਿਖਲਾਏ ਹੈ, ਤਾਂ ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਸਰੀਰ ਕਰਕੇ ਬਾਲਾ ਪ੍ਰੀਤਮ ਛੋਟੇ ਜਿਹੇ ਜੋਧ ਰੱਬ ਵਾਲੀ ਹੈ ਨਾ, ਅਤੇ ਹੀਰਾ ਗੁਰੂ ਤੇਗ ਬਹਾਦਰ ਜੀ ਨੇ ਸਾਰਾ ਪਰਿਵਾਰ ਇੱਥੇ ਛੱਡਿਆ, ਬੜਾ ਖੁੱਲ੍ਹਾ ਡੁੱਲਾ ਵਿਹੜਾ, ਜਿੱਥੇ ਅੱਜ ਕੱਲ੍ਹ ਗੁਰਦੁਆਰਾ ਸਾਹਿਬ ਪਟਨਾ ਸਾਹਿਬ ਸੱਚਖੰਡ ਹੈ। ਉਹ ਸੱਚਖੰਡ ਤੋਂ ਆਏ ਹੋਏ ਸਤਿਕਾਰਯੋਗ ਜਥੇਦਾਰ ਜੀ ਆਪ ਦਰਸ਼ਨ ਕਰ ਹੀ ਰਹੇ। ਸੋ ਇਹ ਗੁਰੂ ਜੀ ਬਾਲਾ ਪ੍ਰੀਤਮ ਉਹ ਹੀਰਾ ਫੜ ਲੈਣਾ, ਵਿਗਾਹ ਮਾਰਨਾ, ਉਹ ਬੱਚੇ ਨੂੰ ਕਹਿਣਾ ਇੱਧਰ ਸੁੱਟਣ, ਨਾਲੇ ਕਹਿਣਾ ਧੰਨ ਗੁਰੂ ਨਾਨਕ, ਨਾਲੇ ਹੀਰਾ ਸੁੱਟ ਦੇਣਾ। ਮਾਤਾ ਜੀ ਕਹਿਣ ਲੱਗੇ ਲਾਲ ਜੀ, ਕਿੰਨਾ ਕਿੰਨਾ ਚਿਰ ਹੀਰੇ ਨਾਲ ਖੇਡਦੇ, ਗੁਰੂ ਨਾਨਕ ਜੀ ਦੇ ਬਚਨ ਪੂਰੇ ਕਰਦੇ ਹਾਂ, ਗੁਰੂ ਨਾਨਕ ਹੁੰਦੇ। ਕਹਿੰਦੇ ਸੀ ਖੇਡਾਂ ਕਰਾਂਗੇ ਹੀਰੇ ਨਾਲ। ਸੋ ਇਸ ਤਰ੍ਹਾਂ ਗੁਰੂ ਜੀ ਗੁਰੂ ਤੇਗ ਬਹਾਦਰ ਜੀ ਤੋਂ ਉਦੋਂ ਆਸਾਮ ਵਿੱਚ ਸਨ। ਬੜੀਆਂ ਲੰਮੀਆਂ ਕਥਾ, ਗੁਰੂ ਮਹਾਰਾਜ ਆਪ ਹੀ ਜਾਣ, ਆਪ ਜੀ ਫਿਰ ਪਟਨੇ ਸ਼ਹਿਰ ਵਿੱਚ ਆਏ, ਇੱਥੋਂ ਫਿਰ ਸਾਰੇ ਪਰਿਵਾਰ ਨੂੰ ਮਿਲੇ। ਕਹਿਣ ਲੱਗੇ ਅਸੀਂ ਹੁਣ ਆਸਾ ਦੇਸ਼ ਜਿਹਨੇ ਪੰਜਾਬ ਜਾਣਾ, ਅਨੰਦਪੁਰ ਸਾਹਿਬ ਵੱਲ ਇਸ਼ਾਰਾ ਹੈ। ਗੁਰੂ ਤੇਗ ਬਹਾਦਰ ਜੀ ਨਗਰਾਂ 'ਚ ਹੁੰਦੇ ਹੋਏ ਸਿੱਖ ਸੰਗਤਾਂ ਨੂੰ ਦਰਸ਼ਨ ਦਿੰਦੇ ਹੋਏ, ਬਖਸ਼ਿਸ਼ਾਂ ਵੰਡਦੇ ਹੋਏ, ਬੜੀ ਮਿਹਰ ਕਰਦੇ ਨੇ, ਅਨੰਦਪੁਰ ਸਾਹਿਬ ਵਾਪਸ ਆਏ। ਸਮਾਂ ਆਉਣ 'ਤੇ ਗੁਰੂ ਜੀ ਨੇ ਚਿੱਠੀ ਕੱਢੀ, ਚਿੱਠੀ ਪਟਨੇ ਸ਼ਹਿਰ ਵਿੱਚ ਗਈ। ਇਛਰਾਂ ਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਬੇਅੰਤ ਬਖਸ਼ਿਆ ਪਟਨੇ ਸ਼ਹਿਰ ਵਿੱਚ, ਬੇਅੰਤ ਕਿਸਮ ਦੇ ਜੋਜ ਹਜ਼ੂਰ ਨੇ ਕੀਤੇ, ਉਹਨਾਂ ਵਿੱਚ ਬੜੀਆਂ ਬੜੀਆਂ ਗੁੱਝੇ ਭਾਵ ਛਿਪੇ ਹੋਏ ਨੇ। ਜਦੋਂ ਉੱਥੋਂ ਚੱਲਦੇ ਨੇ, ਇੱਕ ਤਾਂ ਤਸਵੀਰ ਸੀ ਜਿਹੜੀ ਮਹਾਰਾਜ ਨੇ ਆਪਣੀ ਹੱਥੀਂ ਆਪ ਬਣਾਈ, ਧਰਮ ਦੀ ਮਾਤਾ ਰਾਜਾ ਫਤਿਹ ਚੰਦ ਦੀ ਰਾਣੀ ਮੈਣੀ ਉਹਨੂੰ ਦਿੱਤੀ, ਕਹਿੰਦੇ ਆਹ ਲਓ। ਇੱਕ ਕਰਮ ਹੁੰਦਾ, ਇੱਕ ਧਰਮ ਹੁੰਦਾ, ਕਰਮ ਨਾਲੋਂ ਧਰਮ ਵੱਡਾ। ਇਹ ਜਿਹੜੀ ਰਾਣੀ ਹੈ ਇਹ ਰਾਜੇ ਸ਼ਿਵਨਾਭ ਦੀ ਅੰਸਾ ਵਿੱਚੋਂ, ਲੰਕਾ ਵਾਲਾ ਬਾਦਸ਼ਾਹ ਜਿਹੜਾ ਹੋਇਆ, ਜਿਹੜਾ ਗੁਰੂ ਨਾਨਕ ਜੀ ਦਾ ਸਿੱਖ ਹੋਇਆ ਹੈ। ਇਹੀ ਸਾਧਸੰਗ ਜੀ ਸਮਾਂ ਆਉਣ 'ਤੇ ਰਾਣੀ ਬਹੁਤ ਸਾਰੀ ਸੰਗਤ ਨੂੰ ਨਾਲ ਲੈ ਕੇ ਅਨੰਦਪੁਰ ਸਾਹਿਬ ਆਈ ਸੀ, ਅਤੇ ਅਰਜ਼ ਕੀਤੀ ਸੱਚੇ ਪਾਤਸ਼ਾਹ ਆਪ ਜੀ ਆਏ ਗੁਰੂ ਗੋਬਿੰਦ ਸਿੰਘ ਜੀ ਨੂੰ
ਤੇ ਫਿਰ ਪਟਨੇ ਸ਼ਹਿਰ ਦੁਬਾਰਾ ਆਏ ਹੀ ਨਹੀਂ। ਆਪ ਜ਼ਰੂਰ ਚਲੋ, ਬਹੁਤ ਸੰਗਤਾਂ ਉਡੀਕਦੀਆਂ, ਕੁਛ ਮਹਾਰਾਜ ਇੰਨੇ ਬਜ਼ੁਰਗ ਨੇ ਤੁਰ ਨਹੀਂ ਸਕਦੇ, ਕਿਵੇਂ ਆ ਜਾਣ, ਆਪ ਚਲੋ ਸੱਚੇ ਪਾਤਸ਼ਾਹ। ਗੁਰੂ ਜੀ ਕਹਿਣ ਲੱਗੇ, ਮਾਤਾ ਜੀ ਅੱਜ ਤਾਂ ਹੁਣ ਹੌਲੀ ਹੌਲੀ ਦੱਖਣ ਨੂੰ ਜਾ ਰਹੇ ਹਾਂ, ਉੱਧਰ ਨਹੀਂ। ਮੈਂ ਮਹਾਰਾਜ ਜ਼ਰੂਰ ਚਲੋ। ਉੱਥੇ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਇੱਕ ਮਾਤਾ ਜੀ ਨੂੰ ਦੇ ਰਹੇ ਨੇ, ਕਹਿੰਦੇ ਲਓ ਜਿੱਥੇ ਸਾਡਾ ਪ੍ਰਕਾਸ਼ ਹੋਇਆ ਸੀ ਉੱਥੇ ਰੱਖਿਓ, ਇਹ ਸਾਡਾ ਹੀ ਰੂਪ ਹੈ। ਸਮਾਂ ਆਉਣ 'ਤੇ ਅੱਠਵੀਂ ਪਾਤਸ਼ਾਹੀ ਵਾਂਗੂ ਇਸ਼ਾਰਾ ਕੀਤਾ, ਜਿਹੜੀ ਮਰਿਆਦਾ ਬਾਕੀ ਰਹਿ ਗਈ ਹੈ ਉਹ ਵੀ ਪੂਰੀ ਕਰ ਦਾਂਗੇ, ਕਿਉਂਕਿ ਗੁਰਬਾਣੀ ਹੀ ਗੁਰੂ ਹੈ। ਆਪ ਜੀ ਕੱਲ੍ਹ ਸੁਣ ਰਹੇ ਸੀ ਪਟਨੇ ਸਾਹਿਬ ਤੋਂ ਆਏ ਹੋਏ ਸਤਿਕਾਰਯੋਗ ਜਥੇਦਾਰ ਜੀ ਕੋਲੋਂ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਪੰਜ ਪੈਸੇ ਨਾਰੀਅਲ ਰੱਖ ਕੇ ਪਰਿਕਰਮਾ ਕਰਕੇ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕ ਕੇ ਅਤੇ ਕਹਿ ਰਹੇ ਨੇ, ਆਗਿਆ ਪਈ ਅਕਾਲ ਕੀ ਤਵੀ ਚਲਾਇਓ ਪੰਥ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਇਹ ਹੁਕਮ ਦੀ ਪਰਿਭਾਸ਼ਾ ਫੌਜੀਆਂ ਨੂੰ ਪਤਾ ਜੀ, ਆਮ ਪਿੰਡਾਂ ਨਾਲੋਂ ਫੌਜੀਆਂ ਨੂੰ ਪਤਾ ਵੀ ਜਿਹੜਾ ਹੁਕਮ ਨਾ ਮੰਨੇ ਉਹਦਾ ਹਾਲ ਕੀ ਹੁੰਦਾ, ਉਹਨੂੰ ਸਜ਼ਾ ਕੀ ਮਿਲਦੀ, ਕਈਆਂ ਨੂੰ ਸੇਵਾਵਾਂ ਮਿਲਦੀਆਂ, ਕਈ ਨੌਕਰੀ ਚੋਂ ਕੱਢੇ ਜਾਂਦੇ ਭਾਵ ਖਾਰਜ ਬੜਿਆ, ਉਹਨਾਂ ਨੂੰ ਪਤਾ ਵੀ ਹੁਕਮ ਕੀ ਹੈ। ਸੋ ਬਾਕੀ ਆਮ ਜੀ ਸਮਝ ਆਏ ਫਿਰ ਤਾਂ ਸਭ ਅੰਮ੍ਰਿਤ ਛਕ ਹੀ ਲੈ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ, ਗੁਰੂ ਗ੍ਰੰਥ ਜੀ ਮਾਨਿਓ, ਪ੍ਰਗਟ ਗੁਰਾਂ ਕੀ ਦੇ ਜੋ ਪ੍ਰਭ ਕੋ ਮਿਲਬੋ ਚਾਹੇ। ਇੱਥੋਂ ਤੱਕ ਬਾਣੀ ਗੁਰੂ ਮਹਾਰਾਜ ਦੀ, ਅਗਲੇ ਦੋਹਰੇ ਗਿਆਨੀ ਗਿਆਨ ਸਿੰਘ ਜੀ ਦੇ। ਸੋ ਵਿਚਾਰ ਹੋ ਰਹੀ ਸੀ, ਚਿੱਠੀ ਭੇਜੀ ਅਤੇ ਬਾਲਾ ਪ੍ਰੀਤਮ ਬੇਅੰਤ ਸੰਗਤ ਵਿਦਿਆ ਕਰਨ ਆਈ। ਜਿੱਥੇ ਅੱਜ ਕੱਲ੍ਹ ਹਾਂਡੀ ਸਾਹਿਬ ਗੁਰਦੁਆਰਾ, ਉੱਥੋਂ ਸੰਗਤ ਨੂੰ ਵਿਦਿਆ ਬੜੇ ਪਿਆਰ ਨਾਲ ਕੀਤਾ, ਬਨਾਰਸ ਹੁੰਦੇ ਹੋਏ, ਨਿਜ਼ਾਮਾਬਾਦ ਹੁੰਦੇ ਹੋਏ, ਅਯੁੱਧਿਆ ਹੁੰਦੇ ਹੋਏ, ਨਖਲਾਊ ਹੁੰਦੇ ਹੋਏ, ਨਾਨਕ ਮਾਤਾ ਸਾਹਿਬ ਇੱਕ ਰਾਤ ਰਹੇ, ਪੰਜ ਦਿਨ ਪੀਲੀਭੀਤ ਰਹੇ, ਇਹਨਾਂ ਨਗਰਾਂ 'ਚ ਹੁੰਦੇ ਹੋਏ, ਨਖਨੌਰ ਹੁੰਦੇ ਹੋਏ, ਨੂੰ ਅਨੰਦਪੁਰ ਸਾਹਿਬ ਵੱਲ ਜਾ ਰਹੇ ਨੇ ਕੀਰਤਪੁਰ ਸਾਹਿਬ। ਅੱਗੋਂ ਆਂਡੀ ਸੰਗਤ ਸ਼ਬਦ ਪੜ੍ਹਦੀ ਜਾ ਰਹੀ ਹੈ, ਕੋਈ ਰਸਨਾ ਖਾਲੀ ਨਾ ਰਹੇ।
ਪਿਆਰ ਸਤਿਕਾਰ ਨਾਲ ਸੰਗਤਾਂ ਗੁਰਬਾਣੀ ਪੜ੍ਹਦੀਆਂ ਗੁਰੂ ਜੀ ਨੂੰ ਅੱਗੋਂ ਮੰਡੀ ਲੈਣ ਵਾਸਤੇ ਜਾ ਰਹੇ। ਗੁਰੂ ਮਹਾਰਾਜ ਆਪਣੀ ਮਾਤਾ ਜੀ ਸਮੇਤ ਮਾਮਾ ਜੀ ਗੁਰੂ ਮਹਾਰਾਜ ਦੇ ਮਾਮਾ ਜੀ ਸਿੱਖ ਸੰਗਤਾਂ ਦੇ ਮਾਮਾ ਜੀ ਪਤਾ ਕੌਣ ਜੇ ਮਾਤਾ ਸਾਹਿਬ ਕੌਰ ਹੈ ਅਤੇ ਮਾਮਾ ਸਾਹਿਬ ਚੰਦ ਉਹਨਾਂ ਦਾ ਭਰਾ ਸੀ ਵੀਰ ਸੀ ਇਹ ਗੁਰੂ ਜੀ ਦੇ ਮਾਮਾ ਜੀ ਨੇ ਜਿਹੜਾ ਪਿਤਾ ਦਾ ਮਾਮਾ ਹੋਵੇ ਪਿਤਾ ਦਾ ਹੀ ਮਾਮਾ ਹੁੰਦਾ ਬੱਚਿਆਂ ਦਾ ਹੋਰ ਹੁੰਦਾ ਗੁਰੂ ਜੀ ਦੇ ਮਾਮਾ ਜੀ ਵੀ ਨਾਲ ਸੰਗਤਾਂ ਦੇ ਵਿੱਚ ਬੜੇ ਪਿਆਰ ਸਤਿਕਾਰ ਨਾਲ ਫੁੱਲਾਂ ਦੇ ਹਾਰ ਪਾਉਂਦੇ ਫੁੱਲਾਂ ਦੀ ਵਰਖਾ ਹੁੰਦੀ ਹੋਈ ਧੰਨ ਧੰਨ ਹੁੰਦੀ ਆ ਰਹੀ ਉੱਧਰ ਵੀ ਗੁਰੂ ਨਾਨਕ ਸਰੂਪ ਗੁਰੂ ਤੇਗ ਬਹਾਦਰ ਗੁਰੂ ਕਾ ਦਰਬਾਰ ਸਜੇ ਹਾਰ ਦੇ ਅਰਥ ਕਈ ਹੁੰਦੇ ਨੇ ਗੁਰੂ ਮਹਾਰਾਜ ਨੂੰ ਸਿੱਖ ਪਾਉਂਦਾ ਉਹਦਾ ਮਤਲਬ ਇਹ ਹੈ ਸੱਚੇ ਪਾਤਸ਼ਾਹ ਮੈਂ ਅੱਜ ਤੋਂ ਤਨ ਮਨ ਧਨ ਤੁਹਾਨੂੰ ਅਰਪਣ ਕਰਦਾ ਕਈ ਵਾਰੀ ਵਿਆਹਾਂ 'ਤੇ ਐਵੇਂ ਭਾਈ ਜੀ ਨੂੰ ਪੁੱਛੋ ਕਿਉਂ ਪਾਉਂਦੇ ਹੋ ਸਸਤੇ ਸੀ ਮੈਂ ਲੈ ਜਾਂਦੇ ਅਰਥ ਦਾ ਨਹੀਂ ਪਤਾ ਤਾਂ ਖਰੀਦੇ ਹੀ ਕਿਉਂ ਯਾਦ ਰਹੇ ਜੇ ਦੇਖਿਆ ਨਹੀਂ ਤਾਂ ਸੁਣਿਆ ਜ਼ਰੂਰ ਹੋਏਗਾ ਅੱਜ ਕੱਲ੍ਹ ਦੇਖਿਆ ਮੁੰਡਿਆਂ ਦੇ ਵਿਆਹ ਕਿਵੇਂ ਹੁੰਦੇ ਨੇ ਕਿਵੇਂ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਹਾਰ ਪੈਂਦੇ ਫੋਟੋ ਲੱਥਦੀਆਂ ਕਈਆਂ ਮੂਰਖਾਂ ਨੇ ਤਾਂ ਕਲਗੀ ਵੀ ਲਾਈ ਹੁੰਦੀ ਨਿਆਣੇ ਮੱਤਾਂ ਕੌਣ ਦੇਵੇ ਸਮਝਾਏ ਕੌਣ ਇੰਜ ਨਹੀਂ ਕਰੀਦਾ ਫਿਰ ਉੱਥੇ ਕਈ ਮਾਈਆਂ ਕਈ ਬੀਬੀਆਂ ਕਈ ਬਜ਼ੁਰਗ ਗੁਰੂ ਗ੍ਰੰਥ ਸਾਹਿਬ ਦੇ ਸਾਹਮਣੇ ਹੱਥ ਰੱਖਣਗੇ ਉਹਦੇ ਸਿਰ 'ਤੇ ਜੇ ਤੇਰੇ ਹੱਥ 'ਚ ਸਾਰੀ ਕਿਰਪਾ ਤਾਂ ਫਿਰ ਗੁਰੂ ਗ੍ਰੰਥ ਸਾਹਿਬ ਨੂੰ ਦੱਸਣ ਕਿਉਂ ਕਰਦਾ ਆਕੜ ਆਕੜ ਕੇ ਫੋਟੋ ਲੈਣੀ ਇਹ ਸਭ ਮਨ ਹੁੰਦਾ ਹੈ ਸੋ ਇਸ ਕਰਕੇ ਵਿਚਾਰ ਹੋ ਰਹੀ ਸੀ ਜੇ ਗੁਰੂ ਨੂੰ ਪਾਉਂਦਾ ਉਹਦਾ ਆਹ ਅਰਥ ਹੈ ਮਿੱਤਰ ਦੇ ਗਲ ਵਿੱਚ ਮਿੱਤਰ ਹਾਰ ਪਾਉਂਦਾ ਉਹਦਾ ਮਤਲਬ ਇਹ ਹੈ ਹੈ ਮੇਰੇ ਮਿੱਤਰ ਤੈਨੂੰ ਕਿਤੇ ਆ ਕੇ ਇਹੋ ਜਿਹੀ ਬਣ ਗਈ ਆਪਣਾ ਸਿਰ ਦੇ ਦਾਂਗਾ ਤੈਨੂੰ ਆਂਚ ਨਹੀਂ ਆਉਣ ਦਿਆਂਗਾ ਬਹੁਤ ਪਿੱਛੇ ਚੱਲੀਏ ਤਾਂ ਦਰਬਾਸ਼ਾ ਨੇ ਆਮ ਫੁੱਲ ਤੜਵਾ ਕੇ ਆਪਣੇ ਸ਼ਿਸ਼ ਕੋਲੋਂ ਇੰਦਰ ਦੇ ਗਲ ਵਿੱਚ ਹਾਰ ਪਾਇਆ ਨਾ ਹਾਥੀ ਦੇ ਹੱਥ ਕੰਨ ਨੂੰ ਤੰਗ ਦਿੱਤਾ ਨਰਾਦਰੀ ਕੀਤੀ ਰਖੀ ਦੇ ਹਾਰ ਦੀ ਉਹ ਕਹਿੰਦਾ ਨਾ ਤੂੰ ਰਹੇਗਾ ਨਾ ਤੇਰੀ ਸੁਰਗ ਰਹੇਗੀ ਯਾਦ ਰਹੇ ਮਾਤਾ ਜੀਤੋ ਜੀ ਪੁਰਾਣਾ ਨਾਂ ਮਾਤਾ ਅਜੀਤ ਕੌਰ ਇੱਕ ਕੇਸਰਾ ਸਿੰਘ ਹੁੰਦਾ ਸੀ ਪੁਰਾਣਾ ਨਾਂ ਪਾਏ ਕੇਸਰਾ ਰੋਜ਼ ਫੁੱਲ ਲਿਆਉਂਦਾ ਅਤੇ ਮਾਤਾ ਜੀ ਨੇ ਫੁੱਲਾਂ ਦਾ ਹਾਰ ਬਣਾ ਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਆਪਣੇ ਪਤੀ ਪਰਮੇਸ਼ਰ ਦੇ ਗਲ ਵਿੱਚ ਪਾਉਂਦੇ ਹੁੰਦੇ ਫੁੱਲਾਂ ਦਾ ਹਾਰ ਉਹ ਤਨ ਮਨ ਧਨ ਤਾਂ ਅਰਪਿਆ ਹੀ ਹੈ ਉਹਦਾ ਮਤਲਬ ਆਪ ਇਸੇ ਤਰ੍ਹਾਂ ਦਰਸ਼ਨ ਦਿੰਦੇ ਰਹੋ ਬਖਸ਼ਿਸ਼ ਕਰਦੇ ਰਹੋ ਕਈ ਵਾਰੀ ਤੁਸੀਂ ਸੁਣਿਆ ਹੋਣਾ ਬੜੇ ਬੜੇ ਮਹਾਂਪੁਰਸ਼ਾਂ ਦੇ ਗਲ ਵਿੱਚ ਪਾ ਦਿੰਦੇ ਨੇ ਉਹਦਾ ਮਤਲਬ ਇਹ ਹੁੰਦਾ ਆਪ ਦਰਸ਼ਨ ਦਿੰਦੇ ਰਹੋ ਕਿਰਪਾ ਕਰਦੇ ਰਹੋ ਬਹੁਤ ਸਮਾਂ ਪਹਿਲਾਂ ਇਸੇ ਧਰਤੀ 'ਤੇ ਇੱਕ ਪੰਡਿਤ ਹੈ ਜਿਹੜਾ ਪੁੱਠੇ ਪਾਸੇ ਜਾਏ ਉਹ ਸ਼ਹਿਰ ਬੰਦ ਸੀ ਅਤੇ ਉਹਦੇ ਗਲ ਵਿੱਚ ਹਾਰ ਕਿਸੇ ਬੀਬੀ ਨੂੰ ਪਾਉਣਾ ਹੋਣਾ ਵੀ ਇਸ ਵਾਰ ਉਹ ਸੰਤਾਂ ਦੇ ਪਾ ਦਿੱਤਾ ਉਹ ਥੋੜ੍ਹਾ ਜਿਹਾ ਚਿਰ ਹਾਰ ਉਹਨਾਂ ਨੇ ਰੱਖਿਆ ਗਲ 'ਚ ਅਤੇ ਲਾ ਕੇ ਨਾਲ ਦਿਨ ਕਿਸੇ ਦੇ ਲੈ ਪਾਈ ਪਿਆਰ ਵਿੱਚ ਪਾਇਆ ਉਹ ਜਦੋਂ ਬ੍ਰਾਹਮਣ ਚੜ੍ਹਾਈ ਕਰ ਗਿਆ ਉਸ ਵੇਲੇ ਅੱਗੇ ਜਦੋਂ ਗਿਆ ਕਹਿੰਦੇ ਕੀ ਦਈਏ ਭਾਈ ਇੰਨੇ ਕਦਮ ਫਲ ਕੀ ਦਈਏ ਹਾਰ ਦਾ ਕਹਿੰਦੇ ਜੀ ਇਹਨੂੰ ਇਹਨੇ ਜਿਹੜਾ ਹਾਰ ਪਾਇਆ ਹੈ ਉਹਨਾਂ ਭਾਵੇਂ ਘੜੀ ਕ ਰੱਖਿਆ ਹੈ ਉਹਦੇ ਬਦਲੇ ਵੀ ਬਦਲੇ ਵਿੱਚ ਪੰਜ ਕੜੀਆਂ ਸਵਰਗਾਂ ਦਾ ਇੰਦਰ ਬਣਾ ਦਿਉ ਜਦੋਂ ਇੰਦਰ ਬਣ ਗਿਆ ਕਹਿੰਦਾ ਮੈਂ ਇਹ ਦਾਨ ਦਿੱਤਾ ਮੈਂ ਨਹੀਂ ਇੱਥੇ ਰਹਿਣਾ ਮੈਂ ਕਿਹੜਾ ਕਿ ਸੁਰਗ 'ਚ ਰਹਿੰਦਾ ਹੁਣ ਫਿਰ ਫੈਸਲਾ ਹੋ ਰਿਹਾ ਬੜੇ ਬੜੇ ਦੇਵਤੇ ਭਗਵਾਨ ਜੀ ਵੀ ਹੁਣ ਕੀ ਦਈਏ ਇਹਨੂੰ ਕਹਿੰਦੇ ਐ ਕਰੋ ਹੁਣ ਇਹਦੇ ਬਦਲੇ ਵਿੱਚ ਕਿਸੇ ਪੂਰਨ ਮਹਾਂਪੁਰਸ਼ ਦੀ ਅੰਸਾ ਵਿੱਚ ਇਹਨੂੰ ਜਨਮ ਦੇ ਦਿਉ ਉਹਨੂੰ ਧਰਤੀ 'ਤੇ ਘੱਲ ਦਿੱਤਾ ਉਸ ਆਤਮਾ ਨੂੰ ਅਤੇ ਉਹਨੂੰ ਬਣਾਇਆ ਪ੍ਰਹਲਾਦ ਦਾ ਪੋਤਰਾ ਰਾਜਾ ਬਲ ਹਾਰ ਤੋਂ ਦੇਖੋ ਗੱਲ ਕਿੱਥੇ ਕਿੱਥੇ ਚਲੀ ਗਈ ਬਲ ਪੋਤਾ ਪ੍ਰਹਲਾਦ ਦਾ ਕਹਿੰਦੇ ਇਹਨੂੰ ਮਹਾਂਪੁਰਸ਼ਾਂ ਦੀ ਅੰਸਾ ਵਿੱਚ ਜਨਮ ਦੇ ਦਿਉ ਭਾਈ ਜਨਮ ਹੋ ਗਿਆ ਕਰੂ ਅਟਾਈ ਧਰਤੀ ਮੰਗੇ ਰਾਹ ਕੱਢਣੇ ਵਿੱਚ ਤੁਸੀਂ ਸੁਣਦੇ ਹੀ ਰਹਿੰਦੇ ਹੋ ਪੜ੍ਹਦੇ ਹੀ ਰਹਿੰਦੇ ਹੋ ਕਿੱਥੋਂ ਤੱਕ ਗੱਲ ਚਲੀ ਗਈ ਸਿਆਣੇ ਕਹਿੰਦੇ ਜੇ ਪਤਾ ਹੀ ਨਹੀਂ ਕਿ ਉਹ ਕੰਮ ਹੀ ਕਿਉਂ ਕਰਨਾ ਉਹ ਜਿਹੜੇ ਹੁਣ ਮੁੰਡੇ ਬੱਚੇ ਸ਼ਕਲਾਂ 'ਤੇ ਉਹਨਾਂ ਦੇ ਕੇਸ 'ਤੇ ਮੂੰਹ 'ਤੇ ਕਈਆਂ ਦੇ ਹੁੰਦੇ ਹੀ ਭਾਈ ਗੁਰੂ ਗ੍ਰੰਥ ਸਾਹਿਬ ਦੇ ਤੁਸੀਂ ਫੇਰੇ ਕਰਨੇ ਨੇ ਗੁਰੂ ਗ੍ਰੰਥ ਸਾਹਿਬ ਗੁਰੂ ਮੰਨਦੇ ਆਹੋ ਮੰਨਦੇ ਕਿੱਥੋਂ ਛਕਿਆ ਸੀ ਅੰਮ੍ਰਿਤ ਫਿਰ ਛਕ ਲਾਂਗੇ ਵੀ ਵਿਆਹ ਹੋਣਾ ਅਕਲ 'ਤੇ ਜੇ ਆਈ ਗੁਰੂ ਗ੍ਰੰਥ ਸਾਹਿਬ ਗੁਰੂ ਮੰਨਦੇ
ਕਹਿੰਦੇ ਆਹੋ ਫਿਰ ਅੰਮ੍ਰਿਤ ਛਕਿਆ ਨਹੀਂ, ਫਿਰ ਪਰਿਕਰਮਾ ਕਦ ਕਾਹਦੀਆਂ ਕਰਨੀਆਂ? ਗੁਰੂ ਦੀਆਂ। ਪਹਿਲਾਂ ਗੁਰੂ ਵਾਲੇ ਤਾਂ ਬਣੋ, ਗੁਰੂ ਵਾਲੇ ਬਣੋ, ਫਿਰ ਗੁਰੂ ਮਹਾਰਾਜ ਦੇ ਫੇਰੇ ਵੀ ਕਰ ਲਿਓ। ਫਿਰ ਫੇਰੇ ਕਰਾਉਣ ਵਾਲਾ ਕਹਿੰਦਾ ਜੇ ਤੈਨੂੰ ਨਹੀਂ ਸੰਗਤ ਮਿਲੀ ਇੱਥੇ ਮੱਥਾ ਟੇਕ ਗੁਰੂ ਗ੍ਰੰਥ ਸਾਹਿਬ ਨੂੰ ਵੀ ਹੁਣ ਅੰਮ੍ਰਿਤ ਛੇਤੀ ਛਕ ਲੈਂਗੇ ਨਾ। ਕਈ ਸਾਧ ਸੰਗਤ ਵਿਆਹ ਕਰਾਉਣ ਤੋਂ ਬਾਅਦ ਗੁਰੂ ਗ੍ਰੰਥ ਸਾਹਿਬ ਦੀਆਂ ਪਰਿਕਰਮਾ ਕਰਨ ਤੋਂ ਬਾਅਦ ਗੁਰੂ ਨੂੰ ਵਿੱਚ ਲੈ ਕੇ ਕਿੱਡਾ ਨੇਮ ਹੋ ਗਿਆ, ਅਤੇ ਫਿਰ ਨਗੂਰੇ ਤੁਰੇ ਫਿਰਦੇ ਨਲਾਜਲ ਹੋ ਗਿਆ। ਅਕਲ ਹੀ ਨਹੀਂ ਆਈ ਕਿ ਅਸੀਂ ਅਜੇ ਅੰਮ੍ਰਿਤ ਛਕਣਾ ਹੈ। ਉਹ ਜ਼ਿੰਦਗੀ ਲੰਘ ਗਈ, ਚਾਰ ਪਰਿਕਰਮਾ ਕਰ ਦਿੱਤੀਆਂ, ਮੱਥਾ ਟੇਕ ਦਿੱਤਾ, ਅਜੇ ਅੰਮ੍ਰਿਤ ਹੀ ਨਹੀਂ ਅਸੀਂ ਛਕਿਆ ਜੀ। ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਮੰਨਿਆ ਹੀ ਨਹੀਂ ਅਸੀਂ। ਇਸ ਕਰਕੇ ਬਹੁਤ ਹੀ ਲੋੜ ਹੈ ਕਿ ਗੁਰੂ ਨਾਨਕ ਨਾਮ ਲੇਵਾ ਸਿੱਖਾਂ ਦਾ ਬੱਚਾ ਬੱਚਾ ਇਹ ਗੁਰੂ ਵਾਲਾ ਬਣ ਜਾਏ। ਇਹ ਤੋਂ ਬਿਨਾਂ ਗੱਲ ਬਣਨੀ ਨਹੀਂ। ਸੋ ਵਿਚਾਰ ਹੋ ਰਹੀ ਸੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਭਾਵੇਂ ਉਮਰ 5 ਸਾਲ ਕੁਝ ਮਹੀਨਿਆਂ ਦੀ ਹੈ ਸਰੀਰ ਕਰਕੇ, ਜੋਤ ਤਾਂ ਸਾਧ ਸੰਤਕਾਰ ਪੁਰਖ ਨੇ ਆਪਣਾ ਸਾਹਿਬਜ਼ਾਦਾ ਹੀ ਭੇਜਿਆ ਨਾ। ਗੁਰੂ ਕਾ ਦਰਬਾਰ ਸਜਿਆ, ਹਜ਼ੂਰ ਨੇ ਜੋੜੇ ਦੂਰ ਲਾਏ, ਗੁਰੂ ਤੇਗ ਬਹਾਦਰ ਮਹਾਰਾਜ ਜੀ ਦਰਸ਼ਨ ਦੇ ਰਹੇ। ਉਸ ਵੇਲੇ ਜਦੋਂ ਨੇੜੇ ਜਾਂਦੇ ਨੇ ਹੱਥ ਜੋੜ ਲਏ, ਕਿਉਂਕਿ ਗੁਰੂ ਸਾਨੂੰ ਉਸ ਟਾਈਮ ਗੁਰੂ ਨਾਨਕ ਸਰੂਪ ਹਨ, ਪਿਤਾ ਵੀ ਹਨ ਅਤੇ ਗੁਰੂ ਵੀ ਹਨ, ਦੋ ਗੱਲਾਂ ਇਕੱਠੀਆਂ। ਮੱਥਾ ਟੇਕਿਆ, ਗੁਰੂ ਜੀ ਨੇ ਇਸ਼ਾਰਾ ਕੀਤਾ, ਕੋਲ ਬਿਠਾ ਲਿਆ, ਗੋਦੀ 'ਚ ਬਿਠਾ ਲਿਆ, ਪਿਤਾ ਵਾਲਾ ਪਿਆਰ ਬੇਅੰਤ ਮਿਲਿਆ। ਕਹਿੰਦੇ ਬੇਟਾ ਕਿਸ ਤਰ੍ਹਾਂ ਚੱਲੇ ਸੀ ਰਸਤੇ ਵਿੱਚ, ਸਾਰੀ ਗੱਲ ਦੱਸੀ। ਮਹਾਰਾਜ ਇਸ ਤਰ੍ਹਾਂ ਸੰਗਤਾਂ ਨੇ ਬੜਾ ਬਰਲਾਪ ਕੀਤਾ। ਅੱਛਾ, ਫਿਰ ਬਨਾਰਸ ਤੋਂ ਹੁੰਦੇ ਹੋਏ ਗੁਰੂ ਪਿਤਾ ਜੀ ਮਾਮਾ ਜੀ ਅਰਦਾਸ ਕਰ ਦਿੰਦੇ ਸਨ ਹੱਥ ਵਿੱਚ ਸ੍ਰੀ ਚੱਕ ਲੈ ਕੇ, ਫਿਰ ਅਸੀਂ ਚੱਲ ਪੈਂਦੇ ਸੀ। ਸਾਰੀ ਵਾਰਤਾ ਜਿੰਨਾ ਸਮਾਂ ਰਸਤੇ 'ਚ ਲੰਘਿਆ ਥੋੜ੍ਹੇ ਅੱਖਰਾਂ 'ਚ ਦੱਸੀ। ਕਹਿੰਦੇ ਬਹੁਤ ਅੱਛਾ, ਹੁਣ ਤੁਸੀਂ ਇੱਥੇ ਆ ਗਏ। ਹੁਣ ਇਹ ਗੁਰੂ ਤੇਗ ਬਹਾਦਰ ਜੀ ਅਤੇ ਗੁਰੂ ਮਹਾਰਾਜ ਦੇ ਸਾਹਿਬਜ਼ਾਦੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਇਕੱਠੇ ਹੀ ਰਹਿ ਰਹੇ ਨੇ ਅਨੰਦਪੁਰ ਸਾਹਿਬ। ਇਹ ਯਾਦ ਰਹੇ ਸਮਾਂ ਇੱਧਰ ਬੀਤ ਰਿਹਾ ਅਤੇ ਉੱਧਰ ਦਿੱਲੀ ਦਾ ਰਾਜਾ ਔਰੰਗਜ਼ੇਬ ਹੈ, ਉਹਨੇ ਅੱਤ ਚੁੱਕ ਲਈ। ਕਹਿਣ ਲੱਗਾ ਵੀ ਲਿਸਟਾਂ ਬਣਾਓ ਵੀ ਹਿੰਦੁਸਤਾਨ ਵਿੱਚ ਮੁਸਲਮਾਨ ਫਕੀਰ ਕਿੰਨੇ ਨੇ? ਕਹਿੰਦੇ ਜੀ 12 ਲੱਖ ਲਿਸਟਾਂ ਆ ਗਈਆਂ। ਮਤਲਬ ਢੰਗ ਨਾਲ ਦੂਜਿਆਂ ਦੀ ਗਿਣਤੀ ਕਰਾਉਣੀ ਸੀ। ਅੱਛਾ, ਇਹ ਜਿਹੜੇ ਹਿੰਦੂਆਂ ਵਿੱਚ ਅਖਵਾਉਂਦੇ ਨੇ ਕੁਛ ਇਹੋ ਜਿਹੇ, ਇਹ ਕਿੰਨੇ ਨੇ? ਇਹਨਾਂ ਦੀ ਗਿਣਤੀ ਹੋ ਗਈ ਜੀ 18 ਲੱਖ। ਮਾਂ ਨੇ ਨਾ ਇਕੱਠੇ ਕਰ ਕਰਕੇ ਥਾਂ ਮਾਰਦਾ। ਇਹ ਵੀ ਸਮਾਂ ਲੰਘ ਗਿਆ। ਕਹਿਣ ਲੱਗਾ ਐਂ ਕਰੋ ਵੀ ਮੰਦਰ ਢਾਓ ਅਤੇ ਮਸੀਤਾਂ ਬਣਾਓ। ਪਤਾ ਨਹੀਂ ਕਿੰਨੇ ਕੁ ਲੋਕ ਲੱਗੇ ਹੋਏ ਨੇ ਇਸ ਗੱਲ ਵਿੱਚ। ਫਿਰ ਇੱਥੇ ਬਸ ਨਹੀਂ, ਇਹਨਾਂ ਦੇ ਜਨੇਊ ਲਾਓ, ਇਹਨਾਂ ਨੂੰ ਲਾਲਚ ਵਿੱਚ ਜਾਂ ਡਰਾ ਕੇ ਧਮਾ ਕੇ ਕਿਸੇ ਵੀ ਤਰੀਕੇ ਨਾਲ ਇਹਨਾਂ ਨੂੰ ਇਸਲਾਮ ਵਿੱਚ ਲਿਆਓ, ਹਿੰਦੂਆਂ ਨੂੰ ਮੁਸਲਮਾਨ ਬਣਾਓ। ਬਣਾਇਆ ਜਾ ਰਿਹਾ, ਕਈ ਬਣੇ ਬਣੇ ਕੀ। ਇੱਥੇ ਬਸ ਨਹੀਂ, ਸ਼ਾਹੀ ਫਰਮਾਨ ਜਾਰੀ ਕਰ ਦਿੱਤਾ, ਹਿੰਦੁਸਤਾਨ ਵਿੱਚ ਜਿੰਨੇ ਇਹਨਾਂ ਹਿੰਦੂਆਂ ਦੇ ਧਾਰਮਿਕ ਗ੍ਰੰਥ ਨੇ ਲਿਆਓ ਲੱਦ ਲੱਦ ਕੇ, ਗੱਡਿਆਂ ਦੇ ਗੱਡੇ, ਊਠਾਂ 'ਤੇ ਹਾਥੀਆਂ 'ਤੇ ਗੱਡਿਆਂ 'ਤੇ, ਰਮਾਇਣ ਗੀਤਾ ਪੁਰਾਣ ਜਿੱਥੇ ਜਿੱਥੇ ਕੋਈ ਪੜ੍ਹਦਾ ਸੀ ਛਾਪੇ ਪੈ ਰਹੇ ਨੇ ਫੌਜ ਦੇ, ਉਹ ਇਕੱਠੇ ਕਰ ਕਰਕੇ ਦਿੱਲੀ ਢੇਰ ਲੱਗ ਗਏ। ਉੱਥੇ ਕੀ ਕਰਦਾ, ਇਹਨੇ ਚੁੱਲ੍ਹਾ ਬਣਾਇਆ ਵੱਡਾ ਸਾਰਾ, ਅਤੇ ਉਹਦੇ ਵਿੱਚ ਅੱਗ ਬਾਲ ਬਾਲ ਕੇ ਅਤੇ ਪਾਣੀ ਗਰਮ ਕਰਕੇ ਨਹਾਉਂਦਾ। ਇੱਕ ਇੰਗਲੈਂਡ ਤੋਂ ਅੰਗਰੇਜ਼ ਆਇਆ, ਕਹਿਣ ਲੱਗਾ ਦੇਖੋ ਜੀ ਤੁਸੀਂ ਰਾਜੇ ਹੋ, ਮੈਂ ਕੋਈ ਗੱਲ ਕਰਨੀ ਚਾਹੁੰਦਾ, ਦੱਸੋ। ਨਾ ਸਾੜੋ ਇਹਨਾਂ ਗ੍ਰੰਥਾਂ ਨੂੰ, ਮੈਨੂੰ ਦੇ ਦਿਓ, ਇੰਝ ਨਹੀਂ ਕਰੀਦਾ, ਫਿਰ ਤੂੰ ਲੈ ਜਾ। ਅੰਗਰੇਜ਼ ਨੇ ਉਹ ਗ੍ਰੰਥ ਜਿਹੜੇ ਸੀ ਕਈ ਬੇੜਿਆਂ ਵਿੱਚ ਲੱਦੇ ਜਮਨਾ ਵਿੱਚ, ਅਤੇ ਗਾਂਹ ਦੇ ਗਾਂਹ ਅਦਲੀ ਬਦਲੀ ਕਰਦਾ ਹੋਇਆ ਸਮੁੰਦਰ ਵਿੱਚ ਪਾ ਕੇ ਹਜ਼ਾਰਾਂ ਗ੍ਰੰਥ ਇੰਗਲੈਂਡ ਵਿੱਚ ਲੈ ਗਿਆ। ਅੱਜ ਵੀ ਤੁਸੀਂ ਉਹ ਗ੍ਰੰਥ ਦੇਖਣੇ ਹੋ, ਜਾਂ ਕੋਈ ਇੰਗਲੈਂਡ 'ਚੋਂ ਆਇਆ ਹੋਵੇ ਜਾਂ ਕੋਈ ਜਾਏ, ਬੜੇ ਬੜੇ ਉਹ ਵੱਡੀ ਸਾਰੀ ਬਿਲਡਿੰਗਾਂ ਦੇ ਵਿੱਚ ਹਜ਼ਾਰਾਂ ਗ੍ਰੰਥ ਉਹ ਅੱਜ ਵੀ ਉੱਥੇ ਹਨ। ਇਸ ਟਾਈਮ ਅੱਜ ਵੀ ਪਤਾ ਹੀ ਨਹੀਂ ਕਿੰਨੇ ਕੁ ਸਾੜੇ। ਫਿਰ ਸ਼ਰੇਆਮ ਜਿੱਥੇ ਦੇਖਣਾ ਸ਼ਹਿਰ ਵਿੱਚ ਚਰਾਏ 'ਚ ਭੀੜ, ਉੱਥੇ ਗਾਈ ਵੱਢੀ ਜਾਣੀ। ਇੰਨਾ ਦੁਖੀ ਕਰ ਦਿੱਤਾ ਲੋਕਾਂ ਨੂੰ, ਕਿਤੇ ਅੱਗ ਲੱਗ ਰਹੀ ਹੈ, ਕਿਤੇ ਧੀਆਂ ਭੈਣਾਂ ਦੀ ਇੱਜ਼ਤ ਲੁੱਟੀ ਜਾ ਰਹੀ ਹੈ।
ਉਹ ਕਹਿੰਦੇ ਜੀ ਉਹ ਦੁਆਪਰ ਵਿੱਚ ਤਾਂ ਇੱਕੋ ਹੀ ਸੀ ਦੁਰਯੋਧਨ, ਹੁਣ ਤਾਂ ਪਤਾ ਹੀ ਨਹੀਂ ਕਿੰਨੇ ਕੁ ਬਣੇ ਹੋਏ ਨੇ, ਹੁਣ ਤਾਂ ਹਿੰਦੁਸਤਾਨ ਹੀ ਦੁਰਯੋਧਨ ਦਾ ਦਰਬਾਰ ਬਣ ਚੱਲਿਆ, ਬਣੇਗਾ ਕੀ। ਸਾਧਸੰਗ ਦੁਨੀਆ ਕਰਲਾ ਉੱਠੀ, ਮਨ ਹੀ ਮਨ ਵਿੱਚ ਰੱਬ ਨੂੰ ਬੇਨਤੀਆਂ ਅਰਦਾਸਾਂ, ਹੇ ਸ਼ਰਮ ਸ਼ਕਤੀਮਾਨ ਅਸੀਂ ਚੱਲੇ ਜੇ ਸਾਡਾ ਬਣੇਗਾ ਕੀ। ਪੜੋ ਪਿਆਰ ਦੇ ਨਾਲ, ਲੈ ਦੁਖੀਆਂ ਦੀਆਂ ਸਾਰਾ ਖਬਰ ਜਾਂਦੀ ਦਿੱਲੀ, ਬੜਾ ਖੁਸ਼ ਹੋ ਕੇ ਰੋਟੀ ਖਾਂਦਾ ਵੀ ਇੰਡੀਆ ਦੇ ਲੈ ਵੀ ਖਬਰ ਕਿਵੇਂ ਜਾਂਦੀ ਸੀ, ਨਾ ਕੋਈ ਉਦੋਂ ਟੈਲੀਫੋਨ, ਨਾ ਕੋਈ ਹੈਗਾ ਜਤਨ, ਨਾ ਕੋਈ ਸੰਬੰਧ, ਕੁਛ ਕਾਰਨ ਹੁੰਦੇ ਸੀ। ਤੁਹਾਡੇ ਹੀ ਆ ਛੱਤੀਗੜ੍ਹ ਨਾ, ਉੱਥੇ ਇੱਕ ਮਿਲਿਆ, ਕਹਿੰਦਾ ਜੀ ਮੈਂ ਨੌਕਰੀ ਕਰਦਾ ਰਿਹਾ, ਬੜੀ ਸਿਆਣੀ ਬੁਰਦਾ, ਅਤੇ ਕਬੂਤਰਾਂ ਦੇ ਹੱਥ ਚਿੱਠੀਆਂ ਘੱਲਦੇ ਹੁੰਦੇ, ਕਹਿੰਦੇ ਜ਼ਿਲ੍ਹਿਆਂ ਦੀਆਂ, ਉਹਨਾਂ ਨੂੰ ਉਡਾਉਣਾ, ਉਹਨਾਂ ਉੱਥੇ ਉੱਥੇ ਚਲੇ ਜਾਣਾ ਜੰਗਲਾਂ ਦੇ ਉੱਤੋਂ ਦੀ ਉੱਡ ਕੇ, ਜਿੱਥੇ ਅੱਡੇ ਬਣੇ ਹੁੰਦੇ ਉੱਤਰ ਜਾਣਾ, ਚਿੱਠੀਆਂ ਗਲ 'ਚੋਂ ਲਾਹ ਲੈਣੀਆਂ, ਦਾਣੇ ਦੂਣੇ ਚੁਕਾਉਣੇ, ਅਤੇ ਉਹਨਾਂ ਜਾਨਵਰਾਂ ਨੂੰ ਫੇਰ। ਉਹਨਾਂ ਕਹਿੰਦੇ ਬਸ ਇਸੇ ਤਰ੍ਹਾਂ ਕੁਛ ਤਾਂ ਜਾਨਵਰਾਂ ਦਾ ਪ੍ਰਬੰਧ ਹੁੰਦਾ, ਜਿਵੇਂ ਤੋਤੇ ਲੈ ਜਾਂਦੇ ਹੁੰਦੇ, ਕੁਛ ਐਸੇ ਇੰਤਜ਼ਾਮ ਹੁੰਦੇ ਵੀ ਇੱਥੇ ਢੋਲ ਨੂੰ ਡਗਾ ਉਹੋ ਜਿਹੀ ਆਵਾਜ਼ ਬਣਾ ਕੇ ਮਾਰਨਾ, ਅਤੇ ਢੋਲ ਦੀ ਆਵਾਜ਼ ਉੱਥੇ ਗਈ ਅਤੇ ਮਿੰਟਾਂ 'ਚ ਗੱਲ ਦਿੱਲੀ। ਢੋਲ ਦੇ ਵੀ ਕਈ ਡਗਿਆਂ ਦੇ ਢੰਗ ਤਰੀਕੇ ਸਾਜਾਂ ਦੇ ਐਸੇ ਯਤਨ ਨਾਲ ਚੱਟ ਗੱਲ ਜਾਂਦੀ ਵੀ ਹਾਂ ਲੱਥ ਗਿਆ ਜੀ, ਕਹਿੰਦਾ ਹਾਂ ਹੁਣ ਰੋਟੀ ਖਾਣਾ ਮੈਂ। ਢੰਗ ਤਰੀਕੇ ਉਦੋਂ ਹੋਰ ਤਰ੍ਹਾਂ ਦੀ ਫੌਜ ਲੱਗੀ ਹੋਈ ਹੈ, ਕਹਿਣ ਲੱਗਾ ਇਸ ਤਰ੍ਹਾਂ ਕਰੋ ਵੀ ਸਭ ਤੋਂ ਪਹਿਲਾਂ ਕਸ਼ਮੀਰ ਵਿੱਚ ਮੁਸਲਮਾਨ ਬਣਾਓ, ਇਹਨਾਂ ਕਿ ਜ਼ਿਆਦਾ ਵਿਦਵਾਨ ਬਹੁਤੀਆਂ ਕਲਾਂ ਇੱਥੇ ਰੱਖਦੇ, ਇਹਨਾਂ ਨੂੰ ਲਓ ਪਹਿਲਾਂ, ਬਾਕੀ ਫਿਰ ਉਹਨੂੰ ਦੱਸਾਂਗੇ ਦੇਖੋ ਭਾਈ ਉਹ ਸਾਰੇ ਬਣ ਗਏ ਅਤੇ ਤੁਸੀਂ ਕਿਉਂ ਐਵੇਂ ਮਾਰ ਖਾਣੀ, ਆ ਜਾਓ ਇੱਧਰ। ਉਸ ਵੇਲੇ ਕੁਰਲਾਹਟ ਮੱਚੀ ਹੋਈ ਹੈ, ਉੱਧਰ ਉੱਧਰ ਹੀ ਖਬਰਾਂ ਜਾ ਰਹੀਆਂ, ਸੁਨਾਹ ਜਾ ਰਹੇ ਨੇ, ਪਬਲਿਕ ਦੁਖੀ ਹੈ ਵੀ ਬਣੇ ਕੀ। ਪਟਨੇ ਸ਼ਹਿਰ ਤੋਂ ਕਿਰਪਾ ਰਾਮ ਪੰਡਿਤ ਜੀ ਚੱਲੇ, ਕੋਈ ਬਨਾਰਸ ਤੋਂ, ਕੋਈ ਉਜੈਨ ਤੋਂ, ਕੋਈ ਹਰਿਦੁਆਰ ਤੋਂ, ਕੋਈ ਦਿੱਲੀ ਤੋਂ, ਕੋਈ ਕਿਤੋਂ, ਕੋਈ ਕਿਤੋਂ, ਸੁਨਾਹ ਸਭ ਨੂੰ ਜਿਵੇਂ ਹੁੰਦਾ ਨਾ ਕਸ਼ਮੀਰ ਆਓ ਹੋਏ ਇਕੱਠੇ ਹੋ ਕਰੀਏ ਕੀ। ਜਦੋਂ ਕਸ਼ਮੀਰ ਵਿੱਚ ਇਕੱਠੇ ਹੋਏ, ਕਹਿਣ ਲੱਗੇ ਦੇਖੋ ਭਾਈ ਪਹਿਲਾਂ ਤਾਂ ਆਪਣਾ ਮੁਖੀ ਚੁਕੀ ਹੈ, ਗੱਲ ਇੱਕ ਨਾਲ ਚਲਦੀ ਹੁੰਦੀ ਹੈ, ਇੱਕ ਦੇ ਆਖੇ ਲੱਗਾਂਗੇ ਸਭ ਠੀਕ ਹੋ ਜੂ, ਨਹੀਂ ਤਾਂ ਡੱਡੂਆਂ ਦੀ ਪਸੇਰੀ, ਕੋਈ ਕਿੱਧਰ ਨੂੰ ਡਿੱਗੀ ਜਾਂਦਾ, ਕੋਈ ਕਿੱਧਰ ਨੂੰ ਡਿੱਗੀ ਜਾਂਦਾ, ਕੋਈ ਕਿੱਧਰ, ਤਦੇ ਕਹਿੰਦੇ 100 ਸਿਆਣਾ ਇੱਕੋ ਮਤ, ਹੁਣ ਸਿਆਣਾ ਹੋਵੇ ਤਾਂ 100 ਦੀ ਵੀ ਇੱਕ ਮਤ, ਅਤੇ ਡੱਡੂ ਇਕੱਠੇ ਹੋ ਜਾਣ ਸਮਝਾਏ ਕਿਉਂ। ਕਹਿੰਦੇ ਦੇਖੋ ਆਪਾਂ ਵਿਦਵਾਨ ਹਾਂ, ਕਿਤੇ ਡੱਡੂਆਂ ਦੀ ਪਸੇਰੀ ਨਾ ਬਣ ਜਾਈਏ, ਆਪਾਂ ਪਹਿਲਾਂ ਇੱਕ ਮੁਖੀ ਚੁਗੀਏ, ਜੋ ਕਹੇ 500 ਮੰਨੀਏ, ਅਤੇ ਫਿਰ ਆਪਾਂ ਸੋਚੀਏ ਵੀ ਕਰਨਾ ਕੀ। ਕਹਿੰਦੇ ਦੇਖੋ ਇਸੇ ਇਲਾਕੇ 'ਚ ਇਹਨਾਂ ਦੇ ਬਜ਼ੁਰਗ ਰਹਿੰਦੇ ਸਨ ਕਿਰਪਾ ਰਾਮ ਦੇ। ਕਿਉਂ ਜੀ? ਅਤੇ ਤੁਸੀਂ ਹੁਣ ਚਲੇ ਗਏ ਪਟਨੀ ਸ਼ਹਿਰ ਵਿੱਚ ਕਿਰਪਾ ਰਾਮ ਜੀ, ਤੁਹਾਡੇ ਵੱਡੇ ਵਿਦਵਾਨ ਮੰਨੇ ਬਜ਼ੁਰਗ ਬੜੀ ਸੋਝੀ ਰੱਖਣ ਵਾਲੇ, ਸਾਡੇ 500 ਦਾ ਫੈਸਲਾ ਹੈ, ਤੁਸੀਂ ਸਾਡੇ ਮੁਖੀ ਹੋਏ, ਦੱਸੋ ਕੀ ਕਰੀਏ। ਕਹਿਣ ਲੱਗਾ ਦੇਖੋ ਪਹਿਲੀ ਗੱਲ ਤਾਂ ਮੈਨੂੰ ਮੁਖੀ ਨਾ ਬਣਾਓ, ਮੈਂ ਬੜੇ ਚਿਰਾਂ ਬਾਅਦ ਆਇਆ, ਸਾਡੇ ਬਜ਼ੁਰਗ ਇੱਥੋਂ ਗਏ ਕਸ਼ਮੀਰ ਵਿੱਚੋਂ, ਜੇ ਤੁਸੀਂ ਮੈਨੂੰ ਬਣਾਉਂਦੇ ਹੀ ਹੋ ਤਾਂ ਫਿਰ ਮੇਰੇ ਆਖੇ ਲੱਗੋ,
ਮੈਂ ਕਿਹਾ ਐਂ ਕਰਨਾ ਤੁਸੀਂ ਰੌਲਾ ਰੱਪਾ ਪਾ ਦਿਓ 500 ਡੱਡੇ ਵਾਂਗੂ ਐਂ ਕਰਨਾ, ਇਹ ਗੱਲ ਤਾਂ ਨਹੀਂ, ਗੱਲ ਤਾਂ ਮੰਨੀ ਦੀ ਹੈ। ਘਰ 'ਚ ਇੱਕ ਮੁਖੀ ਹੋਵੇ ਸਾਰਾ ਘਰ ਚੱਲਦਾ, ਕੋਈ ਕਿੱਧਰ ਜਾਏ ਕੋਈ ਕਿੱਧਰ, ਗੱਲ ਕਿਵੇਂ ਬਣੀ? ਸਾਰੇ ਕਹਿੰਦੇ ਦੇਖੋ ਪੰਡਿਤ ਜੀ ਜਿਵੇਂ ਤੁਸੀਂ ਕਹੋ। ਕਿ ਦੇਖੋ ਮੈਂ ਸਲਾਹ ਦੇਵਾਂ, ਗਵਰਨਰ ਕੋਲ ਚੱਲੀਏ, ਜਿਹੜੇ ਦਿੱਲੀਓਂ ਆਰਡਰ ਆਉਂਦੇ ਨੇ ਇਹ ਗਾਂਹ ਲਿਖ ਲਿਖ ਕੇ ਚਿੱਠੀਆਂ ਫੌਜ ਨੂੰ ਦਿੰਦਾ, ਦੇਖੋ ਕਿਵੇਂ ਚੱਪੇ ਚੱਪੇ 'ਤੇ ਫੌਜ ਲੱਗੀ ਹੋਈ। ਅਤੇ ਗਵਰਨਰ ਕੋਲ ਆਪਾਂ ਜਾ ਕੇ ਕੋਈ ਗੱਲ ਰੱਖਦੇ। ਹੁਣ 500 ਸ਼ੇਰ ਅਫਗਾਨ ਖਾਂ ਗਵਰਨਰ ਕੋਲ ਗਏ, ਕਹਿੰਦੇ ਦੇਖੋ ਜੀ ਤੁਹਾਨੂੰ ਪਤਾ ਹੀ ਹੈ ਅਸੀਂ ਕਸ਼ਮੀਰ ਵਿੱਚ ਰਹਿਣ ਵਾਲੇ ਹਾਂ, ਕੋਈ ਇੱਧਰੋਂ ਉੱਧਰੋਂ ਆਏ ਨਹੀਂ, ਅਸੀਂ ਬੇਨਤੀ ਜੀ ਕਰਨੀ ਹੈ ਜੀ, ਜੇ ਤੁਸੀਂ ਮੰਨ ਲਓ ਦੱਸੋ ਕਿੰਨੇ ਜ਼ਿਲ੍ਹੇ ਨੂੰ ਲੈ ਰਹੇ ਨੇ, ਕਿੰਨਾ ਦੁੱਖ ਬਣ ਗਿਆ। ਕਹਿੰਦਾ ਹਾਂ ਤਾਂ ਮੈਨੂੰ ਪਤਾ ਵੀ ਦਿੱਲੀਓਂ ਆਉਂਦਾ, ਮੈਂ ਵੀ ਨੌਕਰੀ ਕਰਦਾ ਅਤੇ ਉਹ ਫਿਰ ਆਰਡਰ ਜਿਹੜੇ ਸਰਕਾਰ ਦੇ ਉਹ ਗਾਂਹ ਫਿਰ ਤੁਹਾਨੂੰ ਪਤਾ ਹੀ ਹੈ। ਕਹਿੰਦੇ ਦੇਖੋ ਸਾਡੇ ਵੱਲੋਂ ਬੇਨਤੀ ਹੈ ਜੀ ਗਵਰਨਰ ਨੂੰ ਕਿ ਸਾਨੂੰ 6 ਮਹੀਨੇ ਦਾ ਟਾਈਮ ਦੇ ਦਿਓ, ਜੇ ਤਾਂ ਕਿਤੇ ਸਾਡਾ ਹੱਥ ਪੱਲਾ ਅੜ ਗਿਆ ਤਾਂ ਠੀਕ, ਨਹੀਂ ਤਾਂ ਫਿਰ ਜਿਹੜਾ ਕੰਮ ਤੁਸੀਂ ਕਰਨ ਡਾਏ ਹੋ 6 ਮਹੀਨੇ ਬਾਅਦ ਤੁਸੀਂ ਕਿਹੜੀ ਕੱਟ ਕਰੀ। ਉਹਨੇ ਲਿਖ ਕੇ ਦੇ ਦਿੱਤਾ, ਆ ਮੈਂ ਤੁਹਾਨੂੰ ਲਿਖ ਦਿੰਦਾ, ਦਸਤਖਤ ਕਰ ਦਿੰਦਾ, ਮੋਹਰ ਲਾ ਦਿੰਦਾ ਸਰਕਾਰੀ, ਤੁਸੀਂ ਜਾਓ ਜਿੱਥੇ ਮਰਜ਼ੀ ਹਿੰਦੁਸਤਾਨ ਵਿੱਚ ਜਾਓ, ਪਰ ਇਹ ਗੱਲ ਰੱਖਿਓ 6 ਮਹੀਨੇ ਤੋਂ ਪਹਿਲਾਂ ਆ ਜਾਇਓ ਜੀ, ਕਿਤੇ ਜਾਣਾ ਆਉਣਾ ਘੁੰਮਣਾ ਫਿਰਨਾ, ਜਿੱਥੇ ਜੇ ਤੁਹਾਨੂੰ ਫੌਜ ਰਾਹ ਵਿੱਚ ਫੜੇ ਮੇਰੇ ਦਸਤਖਤ ਮੇਰੀ ਮੋਹਰ ਵਿਖਾ ਦਿਓ, ਨਹੀਂ ਤਾਂ ਉਹਨੂੰ ਰਾਹ 'ਚ ਫੜ ਲੈਣ, ਤੁਹਾਨੂੰ ਕਿਤੇ ਜਾਣ ਹੀ ਨਾ ਦਿਓ। ਜੇ ਅਸੀਂ ਕਿਤੇ ਜਾਣਾ ਕੋਈ ਗੱਲ ਕਰਨੀ ਹੈ, ਕਹਿੰਦੇ ਕੋਈ ਨਹੀਂ ਲਓ। ਹੁਣ ਲਿਖਿਆ ਲੈ ਕੇ ਕਸ਼ਮੀਰ ਵਿੱਚ ਬੜਾ ਇੱਕ ਅਸਥਾਨ ਮੰਦਰ ਸੀ, ਸਾਰੇ ਇਕੱਠੇ ਹੋ ਗਏ, ਜਿਹੜਾ ਰਸਤੇ 'ਚ ਫੌਜ ਫੜ ਲਵੇ ਘੇਰ ਲਵੇ, ਲਓ ਇਹਨਾਂ ਜਿਹਨਾਂ ਨੂੰ ਬ੍ਰਾਹਮਣ ਦੇ, ਕਿੱਥੇ ਚੱਲੇ ਤੁਸੀਂ 500 ਇਕੱਠੇ ਹੋ ਗਏ? ਕਹਿੰਦੇ ਜੀ ਆਹ ਲਿਖਾ ਲਿਆ ਜੀ ਸਰਕਾਰ ਕੋਲ ਜੀ, ਕਹਿੰਦੇ ਜਿੱਥੇ ਮਰਜ਼ੀ ਸਾਰੇ ਦੇਸ਼ ਤੁਰੇ, ਫਿਰ 6 ਮਹੀਨੇ ਬਾਅਦ ਮੋੜ ਆਇਓ ਪਹਿਲਾਂ ਅਸੀਂ ਮੰਦਰ 'ਚ ਚੱਲੇ ਹਾਂ ਜੀ। ਕਹਿੰਦੇ ਜਾਓ ਉੱਥੇ। ਕਿਰਪਾ ਰਾਮ ਕਹਿੰਦਾ ਹੁਣ ਬਹਿ ਜਾਓ, ਨਾ ਖਾਣੀ ਰੋਟੀ ਨਾ ਪੀਣਾ ਪਾਣੀ, ਬਸ ਹੁਣ ਕਰੀਏ ਤਾਂ ਕਰੀਏ ਕੀ, ਬੈਠੇ ਸੋਚ ਰਹੇ, ਰੱਬ ਦਾ ਨਾਂ ਲਓ 6 ਮਹੀਨੇ ਪਤਾ ਕਿੰਨੇ ਦਿਨ ਬਿਠਾਈ, ਲੋਕ ਮਰਾਂਗੇ ਕੀ ਕਰਾਂਗੇ। ਉਸ ਵੇਲੇ ਕੁਝ ਸਮਾਂ ਬੈਠੇ, ਕਿਰਪਾ ਰਾਮ ਉੱਠਿਆ ਕਹਿੰਦਾ ਦੇਖੋ ਵਿਦਵਾਨ ਪੰਡਤੋ ਆਪਾਂ ਸਾਰੇ ਦੁਖੀ ਹਾਂ, ਮੈਨੂੰ ਇੱਕ ਸੰਦੇਸ਼ਾ ਮਿਲਿਆ ਤਾਂ ਸ਼ਿਵਜੀ ਵੱਲੋਂ ਮਿਲਿਆ, ਕਹਿੰਦੇ ਵੀ ਦੇਖੋ ਇਸ ਟਾਈਮ ਕੋਈ ਸ਼ਕਤੀ ਕੋਈ ਦੇਵਤਾ ਕੋਈ ਤੁਹਾਡੀ ਮਦਦ ਨਹੀਂ ਕਰ ਸਕਦਾ, ਇਸ ਕਰਕੇ ਤੁਸੀਂ ਸਾਰੇ ਇਕੱਠੇ ਹੋ, ਗੁਰੂ ਨਾਨਕ ਜੋਤ ਗੁਰੂ ਤੇਗ ਬਹਾਦਰ ਆਨੰਦਪੁਰ ਸਾਹਿਬ ਦਰਸ਼ਨ ਦੇ ਰਹੇ ਨੇ, ਉਹਨਾਂ ਦੇ ਚਰਨਾਂ 'ਚ ਜਾਓ, ਤੁਹਾਡਾ ਕੰਮ ਉੱਥੇ ਬਣਨਾ, ਇਸ ਕਰਕੇ ਮੇਰੇ ਆਖੇ ਲੱਗੋ ਆਪਾਂ ਚੱਲੀਏ। ਸਾਰੇ ਸੱਤ ਬੱਚੇ ਜੀ ਮੁਖੀ ਤਾਂ ਬਣਾਏ ਹੀ ਹੈ ਜੀ ਤੁਹਾਨੂੰ, ਚਲੋ ਚੱਲ ਪਏ। ਰਸਤੇ ਵਿੱਚ ਜਿੱਥੇ ਘੇਰਾ ਪਵੇ ਫੜੋ ਇਹਨਾਂ, ਕਿੱਥੇ ਚੱਲੇ ਬ੍ਰਾਹਮਣ ਇਕੱਠੇ ਹੋ ਕੇ ਭਾਈ ਤਾਂ ਲੱਭਦੇ ਫਿਰਦੇ ਤੁਹਾਨੂੰ, ਕਹਿੰਦੇ ਆਹ ਦੇਖੋ ਜੀ ਜੀ ਕੁਛ ਨਾ ਕਹੋ ਜੀ, ਆਹ ਦੇਖੋ ਜੀ ਗਵਰਨਰ ਨੇ ਲਿਖ ਕੇ ਦਿੱਤਾ ਮੋਹਰ ਲਾਈ ਦਸਤਖਤ, 6 ਮਹੀਨੇ ਹਿੰਦੁਸਤਾਨ ਵਿੱਚ ਜਿੱਥੇ ਮਰਜ਼ੀ ਅਸੀਂ ਤਾਂ ਆਨੰਦਪੁਰ ਸਾਹਿਬ ਚੱਲੇ ਹਾਂ ਜੀ, ਕਿ ਜਾਓ 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 ਜਾਓ। ਰਸਤੇ ਖੁੱਲ੍ਹਦੇ ਜਾ ਰਹੇ, ਮੰਜ਼ਲਾਂ ਮਾਰਦੇ ਥੁੱਕੇ ਟੁੱਟੇ ਆਨੰਦਪੁਰ ਸਾਹਿਬ ਦੀ ਪਿੱਤਰ ਨਗਰੀ ਦੇ ਗੁਰੂ ਨਾਨਕ ਦੀ ਨਗਰੀ ਦੇ ਇੱਥੇ ਆ ਗਏ ਸ਼ਾਮ ਦੇ ਵਕਤ। ਇੱਥੇ ਕਹਿੰਦੇ ਪਹਿਲਾਂ ਬਈ ਰੋਟੀ ਤਾਂ ਖਾ ਲਈਏ, ਲੰਗਰ ਤਾਂ ਛਕ ਲਈਏ, ਭੁੱਖੇ ਰਾਹ ਕਿਹੜੇ ਇਹੋ ਜਿਹਾ ਕੁਛ ਪ੍ਰਬੰਧ ਸੀ, ਜੋ ਕੁਛ ਮਾੜਾ ਮੋਟਾ ਮਿਲਿਆ ਕਿਤੇ ਪਾਣੀ ਪੀ ਲਿਆ ਕਿਤੇ ਪੱਤੇ ਖਾ ਲਏ, ਜਿਵੇਂ ਸਰਿਆ ਠੀਕ ਹੈ ਕੁਛ ਚੱਲ ਲਿਆ ਕੋਈ ਚੱਲ ਪਏ। ਇਹਨਾਂ ਨੇ ਗੁਰੂ ਕਾ ਲੰਗਰ ਛਕਿਆ। ਗੁਰੂ ਨਾਨਕ ਜੀ ਨੇ 20 ਰੁਪਈਏ ਖਰਚ ਕੇ ਚੂੜਕਾਣੇ ਦੀ ਮੰਡੀ ਯਾਦ ਰਹੇ। ਅੱਜ ਵੀ ਜਿਹੜੇ ਜਦੋਂ DM ਦੇ ਪੇਪਰ ਪੈਂਦੇ ਨਾ, DM ਦੇ DM ਨੂੰ ਪੁੱਛ ਕੇ ਦੇਖਿਓ, ਉਹਦੇ ਵਿੱਚ ਇੱਕ ਸਵਾਲ ਆਉਂਦਾ ਹੈ ਕਿ ਗੁਰੂ ਨਾਨਕ ਜੀ ਨੇ 20 ਰੁਪਈਏ ਖਰਚ ਕੇ ਰਸਤ ਲਈ ਸੀ ਅਤੇ ਸੰਤਾਂ ਨੂੰ ਲੰਗਰ ਛਕਾਇਆ ਸੀ। ਮੈਨੂੰ ਇੱਕ ਮਿਲਿਆ ਕਹਿੰਦਾ ਕਿਸੇ 10 ਲਿਖੇ ਕਿਸੇ 15 ਲਿਖੇ, ਅਤੇ ਮੈਂ ਕਹਿੰਦਾ ਉਹ 5 ਪਿਆਰਿਆਂ 'ਚ ਹੀ ਹੈ ਸਿੰਘ UP ਵਿੱਚ, ਉਹਦਾ ਰਿਸ਼ਤੇਦਾਰ ਹੈ ਪ੍ਰਾਹੁਣਾ ਹੈ ਜਵਾਈ ਹੈ। ਉਹ ਕਹਿੰਦਾ ਮੈਂ ਲਿਖਿਆ ਵੀ 20 ਰੁਪਈਏ, ਕਹਿੰਦਾ ਮੇਰੇ ਨੰਬਰ ਬੜੇ ਚੰਗੇ ਆਏ। ਕਈ ਤਾਂ ਕਹਿੰਦੇ ਨਾ ਕੀ ਜਾਣਾ ਸਤਸੰਗ 'ਚ, ਉਹੀ ਵਿੱਦਿਆ ਠੀਕ ਹੈ, ਕੋਈ ਇਤਿਹਾਸ 'ਚੋਂ ਗੱਲ ਆ ਗਈ, ਕੋਈ ਬਾਣੀ 'ਚੋਂ ਆ ਗਈ, ਕੋਈ ਇਹੋ ਜਿਹੀ ਆ ਗਈ, ਫਿਰ
ਬਾਰਵੀਂ 'ਚ ਇੱਕ ਗੁੱਡੀ ਪੜ੍ਹਦੀ ਸੀ ਯੂਪੀ ਵਿੱਚ, ਛੋਟੀ ਜਿਹੀ, ਉਹ ਕਹਿੰਦੀ ਮੈਂ ਪੜ੍ਹਦੀ ਹਾਂ, ਉੱਥੇ ਉਦਾਸੀਆਂ ਦਾ ਜ਼ਿਕਰ ਆ ਗਿਆ ਵੀ ਗੁਰੂ ਨਾਨਕ ਜੀ ਚੌਵਾਂ ਉਦਾਸੀਆਂ 'ਚ ਕਿੱਥੇ ਕਿੱਥੇ ਗਏ। ਮੈਂ ਕਿਹਾ ਬੇਟਾ ਇਸ ਤਰ੍ਹਾਂ ਹੈ, ਲੈ ਲਿਖ ਲੈ। ਜਿੰਨਾ ਕੁ ਯਾਦ ਸੀ ਉਹ ਚਾਰੇ ਲਿਖਾਈਆਂ ਸਾਰੇ ਥਾਂ 'ਤੇ ਗੁਰੂ ਨਾਨਕ ਜੀ ਆਪ ਹੀ ਜਾਣਨ, ਵਾਹਵਾ ਦੇ 5-7 ਪੇਜ ਭਰ ਗਏ, ਪਹਿਲਾ ਨੰਬਰ ਆਇਆ ਇਸ ਗੱਲ ਵਿੱਚ। ਇਸ ਕਰਕੇ ਇਹ ਕਈ ਗੱਲਾਂ ਇਮਤਿਹਾਨਾਂ ਵਿੱਚ ਵੀ ਆ ਜਾਂਦੀਆਂ ਨੇ। ਆਮ ਸੁਣਨ ਵਿੱਚ ਤਾਂ ਲੱਗਦਾ ਵੀ ਸਾਰੇ ਹੀ ਜਾਣਨੇ 20 ਰੁਪਈਏ, ਤਾਂ ਫਿਰ DM ਦੇ ਜਿਹੜੇ ਇਮਤਿਹਾਨ ਦੇ ਰਹੇ ਉਹਨੇ 20 ਲਿਖ ਕੇ ਉਹਨਾਂ ਦਿੱਤੇ। ਉਹ ਸਿੱਖਾਂ ਦਾ ਜਿਹੜਾ ਪੁੱਤਰ ਹੈ ਉਹਨੂੰ ਕਿਤੇ ਸੰਗਤ ਵਿੱਚ ਖੜਿਆ ਹੋਵੇ ਤਾਂ ਨਾ, ਉਹਨੂੰ ਕਿਤੇ ਇਤਿਹਾਸ ਗੁਰੂ ਦਾ ਸੁਣਾਇਆ ਹੋਵੇ ਤਾਂ 20 ਲਿਖਦਾ, 15 ਕਿਤੇ 12 ਕਿਤੇ 13। ਸੋ 20 ਰੁਪਈਏ ਖਰਚ ਕੇ ਉਹ ਚੂੜਕਾਣੇ ਦੀ ਮੰਡੀ ਵਿੱਚੋਂ ਰਸਤ ਲਈ ਸੰਤਾਂ ਨੂੰ ਲੰਗਰ ਛਕਾਇਆ ਅਤੇ ਗੁਰੂ ਜੀ ਕਹਿਣ ਲੱਗਿਆ ਰਾਸ਼ਨ ਰੱਖ ਲਓ, ਖਾਓ ਖਰਚੋ, ਰਲ ਮਿਲ ਪਾਈ ਤੋਟਣ ਆਵੇ ਪੱਤੂ ਜਾਈ। ਸਾਰੀ ਧਰਤੀ 'ਤੇ ਅੱਜ ਗੁਰੂ ਨਾਨਕ ਜੀ ਦੇ ਲੰਗਰ ਚੱਲ ਰਹੇ ਨੇ, ਸਾਰੀ ਧਰਤੀ। ਸਾਡੇ ਪਿੰਡ ਦਾ ਇੱਕ ਬੋੜ ਸਿੰਘ ਹੁੰਦਾ ਸੀ, ਸੰਤ ਗੁਰਮੁਖ ਸਿੰਘ ਜੀ ਨਾਲ 20 ਸਾਲ ਰਿਹਾ ਅਤੇ 104 ਸਾਲ ਦੀ ਉਮਰ ਹੋ ਕੇ ਕੁਛ ਸਮਾਂ ਹੋ ਗਿਆ ਉਹ ਚੜ੍ਹਾਈ ਕਰ ਗਿਆ ਪਿੰਡ ਦਾ ਸੀ। ਉਹਨੂੰ ਮੈਂ ਕਿਹਾ ਬਾਪੂ ਜੀ ਤੁਸੀਂ ਮਹਾਂਪੁਰਖਾਂ ਨਾਲ ਰਹਿਣ ਕੋਈ ਗੱਲ ਸੁਣਾਓ। ਕਹਿੰਦੇ ਹਜ਼ੂਰ ਸਾਹਿਬ ਲੱਗੀ ਸੇਵਾ ਪੁਲ ਬਣਦਾ ਗੋਦਾਵਰੀ ਦਾ ਅਤੇ ਉਹ ਸਾਰੇ ਟਵੱਟੇ ਪੱਥਰ ਚੁੱਕਣੇ, ਅਸੀਂ ਸਲਾਹ ਕੀਤੀ ਵੀ ਘਰ ਚੱਲੀਏ ਅਤੇ ਘਰੋਂ ਜਾ ਕੇ ਨਾ ਘਿਓ ਲਿਆਈਏ ਘਿਓ, ਅਤੇ ਫਿਰ ਖਾ ਕੇ ਅਤੇ ਫਿਰ ਚੁੱਕਾਂਗੇ ਪੱਥਰ। ਕਹਿੰਦੇ ਮਹਾਂਪੁਰਖਾਂ ਨੂੰ ਲੱਗ ਗਿਆ ਪਤਾ, ਉਹ ਸ਼ਾਮ ਨੂੰ ਕਹਿੰਦੇ ਸਾਰੇ ਸੇਵਾ ਕਰਨ ਵਾਲੇ ਇਕੱਠੇ ਹੋ ਜਾਓ, ਇਕੱਠੇ ਹੋ ਗਏ। ਇੱਕ ਸੇਵਾਦਾਰ ਨੂੰ ਕਹਿੰਦੇ ਆ ਗੁਰੂ ਕੇ ਲੰਗਰ ਵਿੱਚੋਂ ਜਰਾ 2 ਪ੍ਰਸ਼ਾਦੇ ਤਾਂ ਲਿਆਈ, ਥੋੜ੍ਹੀ ਜਿਹੀ ਦਾਲ ਵੀ ਪਾਰੀ ਵਿੱਚ 2 ਚਮਚੇ ਥੋੜ੍ਹੀ ਜਿਹੀ ਪਾ ਕੇ ਮਹਾਂਪੁਰਖਾਂ ਨੇ ਹੱਥ 'ਚ ਫੜ ਲਈ, ਉਹਨੂੰ ਦੱਬਿਆ ਘਿਓ ਦੀ ਧਾਰ ਚੱਲੀ। ਕਹਿੰਦੇ ਘਰ ਲੈ ਜਾਣਾ ਘਿਓ, ਕਿਹੋ ਜਿਹੀ ਸਲਾਮ ਆ, ਗੁਰੂ ਨਾਨਕ ਜੀ ਤਾਂ ਬੜਾ ਹੀ ਘਿਓ ਪਾਉਂਦੇ, ਹੈਂ ਘਿਓ 'ਤੇ ਹੀ ਆ ਡਿੱਗੀ ਤੁਹਾਡੀ, ਇਹ ਪੱਥਰ ਘਿਓ ਨਾ ਚੁੱਕੇ ਜਾਂਦੇ ਨੇ ਕਿ ਗੁਰੂ ਦੀ ਕਿਰਪਾ ਨਾਲ। ਬਚਿੱਤਰ ਸਿੰਘ ਨੇ ਕਿੰਨਾ ਕੁ ਘਿਓ ਖਾਧਾ ਸੀ ਜਿਹੜਾ ਵਰਸ਼ਾ ਮਾਰ ਕੇ ਅਤੇ 7 ਤਵੇ ਵਿੰਨ ਦਿੱਤੇ ਸੀ, ਸੁੰਬੇ ਨਾਲ ਤਾਂ ਛੇਕ ਨਿਕਲਦਾ ਨਹੀਂ, ਥੋੜ੍ਹੇ ਨਾਲ ਕੱਢ ਕੇ ਵੇਖ ਲਓ 7 ਤਵੇ ਲੋਹੇ ਦੇ ਇਕੱਠੇ ਕਰਕੇ। ਅਤੇ ਕੰਮ ਤਾਂ ਗੁਰੂ ਦੀ ਕਿਰਪਾ ਨਾਲ ਹੋਣਾ ਹੈ, ਤੁਸੀਂ ਇਹਦੇ ਛੁੱਟੀਆਂ ਲਈਏ ਘਰ ਜਾਈਏ। ਫਿਰ ਬੜੀਆਂ ਸਾਖੀਆਂ ਬੂਟ ਸਿੰਘ ਜੀ ਸੁਣਾਉਂਦੇ ਹੁੰਦੇ, ਇਹ ਕਹਿੰਦੇ ਲੰਗਰ ਵਿੱਚ ਕਰੇ ਕੱਖ ਨਾ ਵਿਹਲਾ, ਖਾਏ ਸਾਰਿਆਂ ਨਾਲ ਚੰਗਾ, ਜੇ ਕੋਈ ਕਹੇ ਵੀ ਕੰਮ ਮੈਂ ਨਹੀਂ ਹੱਥ ਲਾਉਣਾ, ਮੈਂ ਨਹੀਂ ਕਰਨਾ। ਇੱਕ ਦੀਆਂ 4 ਸੁਣਾਏ, ਉਹ ਚੜ੍ਹਾਈ ਕਰ ਗਿਆ ਅਤੇ ਸੰਤ ਗੁਰਮੁਖ ਸਿੰਘ ਜੀ ਬੜੇ ਬੰਦਗੀ ਵਾਲੇ ਮਹਾਂਪੁਰਸ਼ ਹੋਏ ਨੇ ਅਤੇ ਕਿਸੇ ਘਰ ਗਏ ਤਾਂ ਕਹਿੰਦੇ ਬਾਬਾ ਜੀ ਦੁੱਧ ਛੱਕ ਲਓ, ਗਾਈਂ ਸੂਈ। ਉਹਨਾਂ ਨਿਗਾਹ ਮਾਰੀ, ਕਹਿੰਦੇ ਆ ਵੱਛਾ ਸਾਨੂੰ ਦੇ ਦਿਓ, ਮਹਾਰਾਜ ਗਾਈਂ ਵੀ ਲੈ ਜਾਓ, ਸਭ ਕੁਝ ਤੁਹਾਡਾ ਹੀ ਹੈ। ਵੱਛਾ ਨਹੀਂ, ਕਹਿੰਦੇ ਗਾਈਂ ਵੀ ਵੱਛਾ ਹੀ ਚਾਹੀਦਾ। ਉਹਨਾਂ ਪਾਲਿਆ ਪੇੜੇ ਦੇ ਦੇ ਕੇ, 5 ਸਾਲਾਂ ਦਾ ਹੋ ਗਿਆ ਅਤੇ ਉਹ ਸੁਰਖੀ ਪੀਂਹਦੇ ਨਾ ਖਰਾਸ ਵਾਂਗ, ਸੁਰਖੀ ਆਦੇ ਨਾ ਇੱਟਾਂ ਰੋੜੇ, ਉਹ ਗੁਰਦੁਆਰਿਆਂ 'ਚ ਲੱਗਦੀ ਲਾਲ ਜੀ ਇੱਟਾਂ ਰੋੜੇ ਪੀਣੇ ਖਰਾਸ ਵਾਂਗ ਪੀਂਦੇ, ਅਤੇ ਜੇ ਉਹਨੂੰ ਖੋਲ੍ਹਣਾ ਉਹਦਾ ਜੂਲਾ ਕੱਢਣਾ ਅਤੇ ਉਹਨੇ ਘਾਹ ਚੁਗਣਾ, ਜੇ ਕੋਈ ਪੱਠੇ ਪਾ ਤਾਂ ਮਾਰਨਾ ਫਰਾਟਾ। ਕਹਿੰਦੇ ਬਾਬਾ ਜੀ ਸੇਵਾਦਾਰਾਂ ਦੇ ਹੱਥੋਂ ਪੱਠੇ ਕਿਉਂ ਨਹੀਂ ਖਾਂਦਾ ਆਪਣਾ ਬੈਲ ਜਿਹੜਾ ਚੜ੍ਹਾ ਕੇ? ਕਹਿੰਦੇ ਉਹੀ ਜਿਹੜਾ ਲੰਗਰ ਵਿੱਚ ਕਰਦਾ ਕੱਖ ਨਾ, ਉਹ ਜੇ ਇਹਨੂੰ ਕਿਹਾ ਅੰਬਰ ਛੱਕ ਲੈ, ਕਹਿੰਦਾ ਅੰਦਰੇ ਹੀ ਹੈ, ਲੈ ਸਮਝਾ ਲਓ ਇਹ ਲੰਗਰੀ ਨੂੰ, ਕਹਿੰਦਾ ਅੰਦਰੇ ਹੀ ਹੈ। ਫਿਰ ਕਹਿੰਦਾ ਮੈਂ ਮੱਥਾ ਟੇਕ ਕੇ ਜਾਂਦਾ ਮਹਾਰਾਜ, ਅੱਗੋਂ ਪੰਕਤੀ ਪੜ੍ਹ ਕੇ ਸੁਣਾਉਂਦਾ, ਨੌ ਨਿਤ ਅੰਮ੍ਰਿਤ ਪ੍ਰਭ ਕਾ ਨਾਮ ਦੇ ਹੀ ਮੈਂ ਇਸ ਕਾ ਬਸਰਾਮ, ਸੁਣ ਸਮਾਦ ਅਨਹਤ ਨਾਦ, ਕਹਿਣ ਨਾ ਜਾਈ ਅਚਰਜ ਬਿਸਮਾਦ। ਠਾਸ ਠੀਕ ਹੈ, ਗੁਰੂ ਗ੍ਰੰਥ ਸਾਹਿਬ ਮਹਾਰਾਜ ਕਹਿੰਦੇ ਅੰਮ੍ਰਿਤ, ਪਰ ਜਿਨ੍ਹਾਂ ਨੇ ਸਾਰਾ ਹੀ ਗੁਰੂ ਗ੍ਰੰਥ ਸਾਹਿਬ 1430 ਅੰਗ ਗੁਰੂ ਕੀ ਕਾਸ਼ੀ ਦਮ ਦਮ ਸਭ ਗੁਰੂ ਗੋਬਿੰਦ ਸਿੰਘ ਜੀ ਨੇ ਜ਼ਬਾਨੀ ਲਿਖਾਇਆ, ਉਹ ਤਾਂ ਬਾਣੀ ਪੜ੍ਹ ਦਿੰਦਾ ਸੀ ਝੱਟ ਕਿ ਮੈਨੂੰ ਲੋੜ ਹੀ ਨਹੀਂ, ਅਤੇ ਅੰਮ੍ਰਿਤ ਗੁਰੂ ਮਹਾਰਾਜ ਨੇ ਆਪ ਵੀ ਛਕਿਆ। ਤਦੇ ਹੀ ਨਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ, ਤਦੇ ਹੀ ਇਹ ਸਿੰਘ ਪਦ ਇਹ ਅੱਖਰ ਲੱਗੇ ਨਾ ਸਿੰਘ, ਸਿੰਘ ਸਾਧ ਸੰਗ ਜੀ ਪਿਛਲੇ ਯੁੱਗਾਂ 'ਚ ਵੀ ਹੁੰਦੇ ਸੀ, ਨਰ ਸਿੰਘ ਹੋਏ ਰੂਪ ਦੇ ਧਰਿਓ, ਲੱਗੇ ਨਾ ਸਿੰਘ ਜੈ ਸਿੰਘ ਦੁਆਪਰ ਵਿੱਚ, ਰਾਜਾ ਰਾਮ ਸਿੰਘ ਬਨਾਰਸ ਵਿੱਚ, ਰਾਜਾ ਜੈ ਸਿੰਘ 8ਵੇਂ ਮਹਾਰਾਜ ਦੇ ਸਮੇਂ,
ਇੱਧਰ ਝਾਂਸੀ ਦੇ ਨੇੜੇ ਰਾਜਾ ਵੀਰ ਸਿੰਘ ਗੁਰੂ ਨਾਨਕ ਜੀ ਦੇ ਸਮੇਂ ਰਾਜਾ ਵੀਰ ਸਿੰਘ ਬਘੇਲ ਬਨਾਰਸ ਦਾ, ਰਾਜਾ ਰਾਮ ਸਿੰਘ ਬਨਾਰਸ ਦਾ, ਰਾਜਾ ਵੀਰ ਸਿੰਘ ਬਘੇਲ ਜਿਹਦੀ ਮੁੱਠੀ ਚੋਂ ਚਾਬੀ ਰੱਬ ਨੇ ਕੀਤੀ, ਸਾਰੇ ਤੱਤ ਕੱਢ ਕੇ ਦੇਖੋ ਇਹ ਸਿੰਘ ਜਾ ਤੇ ਲੱਗਾ ਜੇ ਰਾਜਿਆਂ ਨੂੰ ਤੇ ਜਾਂ ਕਿਸੇ ਅਵਤਾਰਾਂ ਨੂੰ, ਬਾਕੀ ਨਹੀਂ ਪਬਲਿਕ ਵਿੱਚ। ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਕਹਿਣ ਲੱਗੇ ਮੇਰਾ ਬੱਚਾ ਬੱਚਾ ਸਿੰਘ ਅਖਵਾਏਗਾ, ਬੱਚਾ ਬੱਚਾ। ਪਰ ਨਾ ਦੇਖੋ ਕਹੇ ਜੇ ਗੁੱਡੀਆਂ ਦੇ ਕੌਰ ਦੇ ਥਾਂ ਗਿੰਨੀ ਮਿੰਨੀ ਛਿੰਨੀ ਅਤੇ ਭਾਈਆਂ ਦੇ ਟੀਟੂ ਮੀਟੂ ਗੀਟੂ ਸਿੰਘ ਲੱਗਦਾ ਹੀ ਨਹੀਂ। ਉਹ ਜਿੱਥੇ ਦਸਖਤ ਕਰੋ ਸਿੰਘ ਲਿਖੋ। ਗੁਰੂ ਜੀ ਨੇ ਰਾਜਿਆਂ ਨੂੰ ਸਿੰਘ ਲੱਗਦਾ, ਅਵਤਾਰਾਂ ਨੂੰ, ਤੁਹਾਨੂੰ ਰਾਜੇ ਸਾਰਿਆਂ ਨੂੰ ਹੀ ਬਣਾ ਦਿੱਤਾ, ਸਾਰਿਆਂ 'ਤੇ ਮਿਹਰ ਕਰ ਦਿੱਤੀ, ਸਾਰੇ ਹੀ ਸਿੰਘ ਬਣ ਜਾਓ ਗੁਰੂ ਵਾਲੇ ਬਣ ਕੇ। ਸੋ ਵਿਚਾਰ ਹੋ ਰਹੀ ਸੀ ਕਿ ਇਹਨਾਂ ਨੇ ਲੰਗਰ ਛਕਿਆ ਪੰਡਤਾਂ ਨੇ, ਇਹ ਇੱਕ ਪੇਟ ਦੀ ਭੁੱਖ ਹੁੰਦੀ ਹੈ, ਅੱਗਾਂ ਕਈ ਹੁੰਦੀਆਂ ਨੇ, ਬੜੀ ਸੁੱਖ ਸ਼ਾਂਤੀ ਮਿਲੀ, ਰਾਤ ਆਰਾਮ ਕੀਤਾ, ਥੱਕੇ ਟੁੱਟੇ ਵਿਚਾਰੇ ਸਵੇਰੇ ਸਵਾ ਪੈ ਰਾਤ ਰਹਿੰਦੇ। ਇੱਕ ਸਿੱਖ ਕਹਿ ਰਿਹਾ ਉੱਠੋ ਭਾਈ ਉੱਠੋ ਇਸ਼ਨਾਨ ਕਰੋ, ਸਾਰੇ ਸੰਗਤਾਂ ਉੱਠ ਕੇ ਇਸ਼ਨਾਨ ਕਰ ਰਹੀਆਂ ਹਨ। ਇਸ਼ਨਾਨ ਸਿਮਰ ਪ੍ਰਭ ਆਪਣਾ ਮਨ ਤਨ ਭਏ ਅਰੋਗਾ। ਜੇ ਸਰੀਰ ਨਹੀਂ ਕਿਸੇ ਦਾ ਠੀਕ ਹੋਇਆ, ਜਦੋਂ ਸਰੀਰ ਛੱਡ ਕੇ ਇਹ ਰੂਹ ਜਾਂਦੀ ਹੈ, ਸਰੀਰ ਦਾ ਹੁੰਦਾ ਸੰਸਕਾਰ। ਜੇ ਮਨ ਰਾਜੀ ਨਾ ਹੋਇਆ ਤਾਂ 84 'ਚ ਦੋ ਘਵੰਡਣੀ ਹੈ। ਇਸ ਕਰਕੇ ਮਨ ਦਾ ਇਲਾਜ ਹੋ ਜਾਏ ਬਹੁਤ ਹੀ ਜ਼ਰੂਰੀ। ਗੁਰਬਾਣੀ ਪੜ੍ਹ ਕੇ ਮਨ 'ਚ ਵਸਾ ਕੇ ਤਦਈ ਹੈ। ਇਸ਼ਨਾਨ ਕਰ ਕਰਕੇ ਸੰਗਤਾਂ ਗੁਰੂ ਤੇਗ ਬਹਾਦਰ ਮਹਾਰਾਜ ਦੇ ਚਰਨਾਂ ਵਿੱਚ ਗੁਰੂ ਕਾ ਦਰਬਾਰ ਸਜਿਆ, ਸਿਮਰਨ ਕਰਦੇ ਨੇ, ਬਾਣੀਆਂ ਪੜ੍ਹਦੇ ਨੇ ਸਿੱਖ ਸੰਗਤਾਂ, ਅਤੇ ਪੰਡਿਤ ਵੀ ਆ ਬੈਠੇ ਮੱਥਾ ਟੇਕ ਟੇਕ ਕੇ, ਇਹ ਕਿਵੇਂ ਰੋ ਰੋ ਕੇ ਬੇਨਤੀਆਂ ਕਰਦੇ ਨੇ, ਗੁਰੂ ਮਹਾਰਾਜ ਨੇ ਕੀ ਬਚਨ ਕੀਤੇ। ਇਹ ਅਗਲੀ ਵਿਚਾਰ ਕੱਲ੍ਹ, ਹੁਣ ਇੱਥੇ ਹੀ ਸਮਾਪਤੀ ਹੈ। ਆਪ ਸਭ ਮਾਈ ਪਾਈ ਗੁਰੂ ਮਹਾਰਾਜ ਦੀ ਹਜ਼ੂਰੀ ਵਿੱਚ, ਭਾਵੇਂ ਕਿਤੋਂ ਵੀ ਆਵਾਜ਼ ਨਹੀਂ ਆ ਰਹੀ, ਪਰ ਫਿਰ ਵੀ ਕੋਈ ਬੱਚਾ ਕੋਈ ਬੋਲਣ ਦੀ ਕੋਸ਼ਿਸ਼ ਨਾ ਕਰੇ। ਪਟਨੇ ਸਾਹਿਬ ਤੋਂ ਆਏ ਹੋਏ, ਜਿੱਥੇ ਸਾਹਿਬ ਵਸਿਆ ਨੂੰ ਸਾਹਿਬ ਕਹਿੰਦੇ ਨੇ, ਸਾਹਿਬ ਜਿਵੇਂ ਕਹਿੰਦੇ ਨੇ ਭਾਈ ਸਾਹਿਬ, ਜਿਹੜਾ ਸਾਹਿਬ ਨਾਲ ਜੁੜਿਆ ਹੋਇਆ ਗੁਰੂ ਵਾਲਾ। ਇਉਂ ਕਰਕੇ ਉੱਥੇ ਸਿੰਘਾਪੁਰ ਮੈਂ ਗਿਆ, ਉਹ ਕਹਿੰਦੇ ਜੀ ਸਿੰਘ ਸਭਾ ਦਾ ਪ੍ਰਧਾਨ ਹੈ ਜੀ, ਅਤੇ ਕਹਿੰਦਾ ਇੰਟਰਵਿਊ ਇਹੋ ਜਿਹਾ ਕੁਛ ਕਹਿੰਦਾ ਦਿਓ ਅਤੇ ਦਵਾਨੇ ਨਾਲੇ ਛੇ। ਮੈਂ ਕਿਹਾ ਮੈਂ ਤੇਰੇ ਕੋਲ ਪੜ੍ਹਿਆ ਹੀ ਨਹੀਂ ਕੁਛ, ਨਾ ਸਵਾਲ ਜਵਾਬ ਜੇ ਕੁਛ ਆਏ ਨਹੀਂ ਚੀਨ ਤੋਂ ਇੱਧਰੋਂ ਉੱਧਰੋਂ। ਅਤੇ ਉਹ ਕਹਿੰਦਾ ਤੁਹਾਡੀਆਂ ਕੈਸਟਾਂ 'ਤੇ ਭਾਈ ਸਾਹਿਬ ਲਿਖਿਆ, ਇਹਦਾ ਮਤਲਬ ਕੀ? ਮੈਂ ਕਿਹਾ ਅਸੀਂ ਸਾਹਿਬ ਨੂੰ ਮੰਨਦੇ ਹਾਂ, ਗੁਰੂ ਵਾਲੇ ਹਾਂ, ਅੰਮ੍ਰਿਤਧਾਰੀ ਹਾਂ। ਉਹ ਕਹਿੰਦਾ ਅੰਗਰੇਜ਼ਾਂ ਕੋਲ ਲੈ ਲਿਆ ਤੁਸੀਂ। ਮੈਂ ਕਿਹਾ ਗੱਲ ਸੁਣ, ਇੱਕ ਸਾਹਿਬ ਹੁੰਦਾ ਜੀ, ਇੱਕ ਸਾਹਿਬ ਹੁੰਦਾ ਜੀ,
ਸਾਹ ਬੰਨਦੇ ਜੀ ਨੇ ਟੋਪੀ ਪਾਈ ਹੋਵੇ, ਜਿਵੇਂ ਅੱਜ ਕੱਲ੍ਹ ਕੋਈ ਸਿੱਖਾਂ ਦਾ ਮੁੰਡਾ ਸਿਰ ਮਨਾ ਕੇ ਟੋਪੀ ਪਾ ਲਏ ਅਤੇ ਮਾਂ ਕਹਿੰਦੀ ਇਹਦਿਆ ਪਾਪਾ ਕਾਕੇ ਦਿਆ ਆਪਣਾ ਪੁੱਤਰ ਸਾਹ ਬਣ ਗਏ ਅੰਗਰੇਜ਼ ਦਾ ਪੁੱਤ, ਹੈਂ ਨਾਲੇ ਸਿਰ ਮਨਾ ਲਈ, ਬੜੇ ਖੁਸ਼ੀ ਨਾਲ ਦੱਸਦੀ ਹੈਂ ਸਾਹ ਬਣ ਗਏ ਸਾਹ ਆਹ ਅੰਗਰੇਜ਼ ਦਿਆ ਪੁੱਤਰਾ ਛੱਡ ਦਿੱਤੀ ਹੈ ਸਾਰੀ ਸਿੱਖੀ, ਬਾਕੀ ਕੀ ਰਹਿ ਗਿਆ। ਉਹ ਸਾਹ ਬੰਨਦੇ ਅੰਗਰੇਜ਼ਾਂ ਨੂੰ, ਸਾਹਿਬ ਆਉਂਦੇ ਗੁਰੂ ਨਾਨਕ ਨੂੰ, ਅਤੇ ਜਿਹੜਾ ਗੁਰੂ ਨਾਨਕ ਨੂੰ ਮੰਨੇ ਉਹਨੂੰ ਕਹਿੰਦੇ ਭਾਈ ਸਾਹਿਬ, ਜਿਹੜਾ ਗੁਰੂ ਵਾਲਾ। ਅਤੇ ਉੱਥੇ ਇੱਕ ਨਾ ਪ੍ਰੋਫੈਸਰ ਸੀ ਸ੍ਰੀ ਅੰਮ੍ਰਿਤਸਰ ਦਾ, ਉਹ ਕਹਿੰਦਾ ਜੀ ਮੈਂ ਮਹਾਂਪੁਰਖਾਂ ਨੂੰ ਜਾਣਨਾ, ਵੱਡੇ ਮਹਾਂਪੁਰਖਾਂ ਦੇ ਨਾਮ ਲਏ, ਕਹਿੰਦੇ ਤੁਸੀਂ ਸਵਾਲਾਂ ਜਵਾਬਾਂ 'ਚ ਨਾ ਪਾਓ ਅਤੇ ਦੀਵਾਨ ਦੀ ਕਰੋ ਤਿਆਰੀ। ਮੈਂ ਕਿਹਾ ਗੱਲ ਸੁਣ ਪ੍ਰਧਾਨ ਜੀ, ਮੈਂ ਤਾਂ ਅੰਗਰੇਜ਼ਾਂ ਕੋਲੋਂ ਕੁਛ ਨਹੀਂ ਲਿਆ, ਆ ਪਿੰਟ ਆ ਬੁਸ਼ਟਰ ਆਈਆਂ ਟਾਈਆਂ ਪਾਈਆਂ ਗਲ 'ਚ ਫਾ, ਇਹ ਦੱਸ ਕਿਹੜੇ ਗੁਰੂ ਨੇ ਤੈਨੂੰ ਦੱਸਿਆ ਸੀ, ਇਹ ਆ ਕੱਸਿਆ ਹੀ ਚੰਗੀ ਤਰ੍ਹਾਂ, ਤੈਨੂੰ ਹਜ਼ੂਰੀਆਂ ਪਾਉਂਦੀ ਅਕਲ ਨਹੀਂ ਆਈ, ਆੜੀਆਂ ਪਿੰਟਾਂ ਬੁਸ਼ਟਰਾਂ ਇਹ ਅੰਗਰੇਜ਼ਾਂ ਨੇ ਕੱਪੜੇ ਲਿਆਂਦੇ ਸਾਡੇ ਗੁਰੂਆਂ ਨੇ ਤਾਂ ਨਹੀਂ ਇਹੋ ਜਿਹੇ ਪਾਏ। ਉਹ ਕਹਿੰਦਾ ਜੀ ਹੱਥ ਜੋੜ ਕੇ ਸਤਿ ਸ਼੍ਰੀ ਅਕਾਲ, ਤੁਸੀਂ ਦੀਵਾਨ ਲਓ, ਮੇਰੇ ਕੋਲ ਹੋ ਗਈ ਗਲਤੀ। ਸੋ ਇਸ ਕਰਕੇ ਪਟਨਾ ਸਾਹਿਬ ਜਿੱਥੇ ਸਾਹਿਬ ਵਸੇ, ਜਿੱਥੇ ਸਾਹਿਬ ਨੇ ਮਾਨਸ ਅਵਤਾਰ ਤਾਰ ਦਰਸ ਦਿਖਲਾਏ, ਐਸੀ ਪਵਨ ਧਰਤੀ ਤੋਂ ਸਤਿਕਾਰ ਜੋ ਜਥੇਦਾਰ ਜੀ ਆਏ ਹੋ ਨੇ, ਆਪ ਜੀ ਨੂੰ ਬੇਨਤੀ ਹੈ ਅਮੋਲਕ ਬਚਨਾਂ ਰਾਹੀਂ ਕਿਰਪਾ ਕਰੋ, ਬਖਸ਼ਿਸ਼ ਕਰੋ, ਸੰਗਤਾਂ ਦੀਆਂ ਝੋਲੀਆਂ ਭਰੀਆਂ ਜਾਣ ਗੁਰੂ ਮਹਾਰਾਜ ਜੀ ਜੋ ਬਚਨ ਹਨ ਰਤਨ ਜਵਾਹਰ। ਇਸ ਕਰਕੇ ਹੋਈਆਂ ਗਲਤੀਆਂ ਦੀ ਖਿਮਾ, ਵਾਹਿਗੁਰੂ ਜੀ। ਨਾਨਕ ਪੂਰਾ ਪਾਇਆ ਪੂਰੇ ਕੇ ਗੁਣ ਗਾਓ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਹੀ ਮਹੱਲਾ ਚੌਥਾ, ਤੇਨੇ ਅੰਤਰ ਹਰਿ ਆਰਾਧਿਆ, ਜਿਨ ਕੋ ਤੁਰ ਲਿਖਿਆ ਲਿਖਤ ਲਿਲਾਰਾ, ਤਿਨ ਕੀ ਬਖੀਲੀ ਕੋਈ ਕਿਆ ਕਰੇ, ਜਿਨ ਕਾ ਅੰਗ ਕਰੇ ਮੇਰਾ ਹਰਿ ਕਰਤਾਰਾ। ਜਿਨ ਕਾ ਤੁਰ ਲਿਖਿਆ ਲਿਖਤ ਲਲਾਰਾ, ਤਿਨ ਕੀ ਬਖੀਲੀ ਕੋਈ ਕਿਆ ਕਰੇ, ਜਿਨ ਕਾ ਅੰਗ ਕਰੇ ਮੇਰਾ ਹਰ ਕਰਤਾਰਾ। ਹਰ ਹਰ ਧਿਆਏ ਮਨ ਮੇਰੇ, ਮਨ ਧਿਆਏ ਹਰ ਜਨਮ ਜਨਮ ਕੇ ਸਭ ਦੁੱਖ ਨਿਵਾਰਣ ਹਾਰਾ। ਤੋਰਾ ਭਗਤ ਜਨਾ ਕਾ ਬਖਸਿਆ, ਹਰ ਅੰਮ੍ਰਿਤ ਭਗਤ ਭੰਡਾਰਾ। ਮੂਰਖ ਹੋਵੇ ਸੋਨ ਕੀ ਰੀਤ ਗਏ, ਤਿਸ ਹਾਲਤ ਪਲਤ ਮਹਾਕਾਰਾ। ਸੀ ਭਗਤ ਸੀ ਸੇਵਕਾ, ਜਿਨਾ ਹਰ ਨਾਮ ਪਿਆਰਾ। ਤੈਨ ਕੀ ਸੇਵਾ ਤੇ ਹਰ ਪਾਈਆ, ਸਿਰ ਨਿੰਦਕ ਕੈ ਪਵੈ ਇਸ਼ਾਰਾ। ਜਿਸ ਹਰ ਜਿਸ ਘਰ ਵਿਰਤੀ ਸੋਈ ਜਾਣ, ਜਗਤ ਗੁਰ ਨਾਨਕ ਪੂਛ ਕਰਹਾ ਵਿਚਾਰਾ। ਚਾਹ ਪੀਲੀ ਆਦ ਜੁਗਾਦ, ਬਖੀਲੀ ਕਿਨੇ ਨਾ ਪਾਇਓ, ਹਰ ਸੇਵਕ ਪਾਏ ਤਾਰਾ। ਜੈ ਸੇ ਕਾ
ਬਾਜ ਬਖੀਲੇ ਕਿਨੇ ਨਾ ਪਾਇਓ। ਹਰ ਸੇਵਕ ਪਾਏ ਨਿਸਤਾਰਾ। ਵਾਹਿਗੁਰੂ ਜੀ ਕਾ ਖਾਲਸਾ।